सतगुर की जिसनो मत आवे सो सतगुर माहि समाना एह बाणी जो जियो जाने तिस अंतर रवे हर नामा बाणी गुरु गुरु है बाणी बिच बाणी अमृत सारे गुर बाणी कहे सेवक जन माने पर तख गुरु निस्तारे बाणी बिरलो विचार सी जे को गुरमुख होए एह बाणी महापुरख की निज कर वासा होए तुखारी शांत महला चौथा एक ओंकार सतगुर प्रसाद अंतर पीरी प्यार क्यों पिर बिन जीविय राम जब लग दर्शन होए जब लग दर्शन होए क्यों अमृत पीविय राम क्यों अमृत पीविय हर बिन जीविय तिस बिन रहन न जाए आन दिन प्रयो प्रयो करे दिन राती पिर बिन प्यास न जाए अपनी कृपा करो हर प्यारे हर हर नाम सद सारिया गुर कह शब्द मिलया मैं प्रीतम हाँ सतगुर विटों वारिया जब देखा तेरे प्यारा
ਸਾਸ ਰਵਾਂ ਰਾਮ ਮੇਰਾ ਅੰਤਰ ਹੋਏ ਵਿਗਾਸ ਪ੍ਰਿਯੋ ਪ੍ਰਿਯੋ ਸੱਚ ਨਿਤ ਚਵਾਂ ਰਾਮ ਪ੍ਰਿਯੋ ਚਵਾਂ ਪਿਆਰੇ ਸ਼ਬਦ ਨਿਸਤਾਰੇ ਬਿਨ ਦੇਖੇ ਤ੍ਰਿਪਤ ਨ ਆਵੇ ਸ਼ਬਦ ਸ਼ਿੰਗਾਰ ਹੋਵੇ ਨਿਤ ਕਾਮਣ ਹਰ ਹਰ ਨਾਮ ਧਿਆਵੇ ਦਇਆ ਦਾਨ ਮੰਗਤ ਜਨ ਦੀ ਜੈ ਮੈਂ ਪ੍ਰੀਤਮ ਦੇਹੋ ਮਿਲਾਏ ਅਨ ਦਿਨ ਗੁਰ ਗੋਪਾਲ ਧਿਆਈ ਹਮ ਸਤ ਗੁਰ ਵਿਟੋਂ ਕੁਮਾਏ ਦਇਆ ਦਾਨ ਮੰਗਤ ਜਨ ਦੀ ਜੈ ਮੈਂ ਪ੍ਰੀਤਮ ਦੇਹੋ ਮਿਲਾਏ ਅਨ ਦਿਨ ਗੁਰ ਗੋਪਾਲ ਧਿਆਈ ਹਮ ਸਤ ਗੁਰ ਵਿਟੋਂ ਕੁਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਖਾਰੀ ਰਾਗ ਦੇ ਚੌਥੇ ਪਾਤਸ਼ਾਹ ਦੇ ਸ਼ਬਦਾਂ ਵਿੱਚੋਂ ਇਹ ਪਹਿਲਾ ਸ਼ਬਦ ਹੈ ਜਿਸ ਦੇ ਪਹਿਲੇ ਦੋ ਬੰਦਾਂ ਦਾ ਪਾਠ ਅੱਜ ਆਪ ਜੀ ਨੇ ਸਰਵਣ ਕੀਤਾ ਹੈ। ਇਸ ਦੀ ਵਿਚਾਰ ਭਾਈ ਹਰਜਿੰਦਰ ਸਿੰਘ ਜੀ ਰਜਾਦਾ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ, ਸੋ ਆਪ ਸੰਗਤ ਵੱਲੋਂ ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਸੁਲਤਾਨ ਉਲ ਕੌਮ, ਜਿਨ੍ਹਾਂ ਨੂੰ ਇਹ ਖਿਤਾਬ ਦਿੱਤਾ ਗਿਆ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪੰਜਵੇਂ ਜਥੇਦਾਰ ਹੋਏ ਅਤੇ ਸ਼੍ਰੋਮਣੀ ਅਕਾਲੀ ਬੁੱਢਾ ਦਲ 96 ਕਰੋੜੀ ਦੇ ਚੌਥੇ ਮੁਖੀ ਸਨ, ਜਿਨ੍ਹਾਂ ਨੇ ਬਾਬਾ ਬਘੇਲ ਸਿੰਘ ਅਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ ਨਾਲ ਦਿੱਲੀ ਫਤਿਹ ਕੀਤੀ ਅਤੇ ਲਾਲ ਕਿਲ੍ਹੇ ਦੇ ਉੱਪਰ ਕੇਸਰੀ ਨਿਸ਼ਾਨ ਚੁਲਾਇਆ, ਖਾਲਸਾ ਰਾਜ ਸਥਾਪਿਤ ਕੀਤਾ, ਉਸ ਮਹਾਨ ਯੋਧੇ ਮਹਾਵੀਰ ਸੂਰਮੇ ਮਹਾਨ ਗੁਰਸਿੱਖ ਦਾ ਇਹ 218 300 ਸਾਲਾ ਜਨਮ ਸ਼ਤਾਬਦੀ ਦਾ ਵਰ੍ਹਾ ਹੈ। ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਬੁੱਢਾ ਦਲ, ਬਾਬਾ ਬਲਬੀਰ ਸਿੰਘ ਹੋਰਾਂ ਨੇ ਵੱਡੇ ਪ੍ਰੋਗਰਾਮ ਉਡੀਕੇ ਹਨ ਆਪ ਸੰਗਤਾਂ ਦੇ ਸਹਿਯੋਗ ਨਾਲ, ਜੋ 9 ਵੈਸਾਖ 22 ਅਪ੍ਰੈਲ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਨਗਰ ਕੀਰਤਨ ਪ੍ਰਾਰੰਭ ਹੋਇਆ।
ਉਹ ਰਾਤ ਕੁਰਕਸ਼ੇਤਰ ਪਹੁੰਚਿਆ। ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੋਂ ਚੱਲ ਕੇ ਉਸਨੇ ਦਿੱਲੀ ਚਾਂਦਨੀ ਚੌਂਕ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚਣਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਦਿੱਲੀ ਬਾਰਡਰ 'ਤੇ ਨਗਰ ਕੀਰਤਨ ਦਾ ਸਵਾਗਤ ਕਰੀਏ। ਸੱਚੇ ਪਾਤਸ਼ਾਹ ਦੀ ਪਾਲਕੀ ਆਉਣੀ ਹੈ, ਪੰਜ ਪਿਆਰਿਆਂ ਦਾ ਸਤਿਕਾਰ ਕਰੀਏ, ਆਈਆਂ ਸੰਗਤਾਂ ਦੀ ਸੇਵਾ ਕਰੀਏ, ਆਪ ਇਸ ਨਗਰ ਕੀਰਤਨ ਦੀ ਸ਼ੋਭਾ ਬਣੀਏ। ਇਹ ਨਾਨਕ ਪਿਓ ਸਾਹਿਬ ਦੇ ਰਸਤੇ ਤੋਂ ਸੀਸਗੰਜ ਸਾਹਿਬ ਪਹੁੰਚੇਗਾ। ਕੱਲ੍ਹ 27 ਤਰੀਕ ਖਾਲਸਾਈ ਖੇਡਾਂ ਹੋਣਗੀਆਂ ਜਲ ਵਿਹਾਰ ਦੀ ਗਰਾਊਂਡ ਵਿੱਚ ਨਹਿਰੂ ਨਗਰ ਵਿਖੇ। ਪਰਸੋਂ 28 ਤਰੀਕ ਸ਼ਾਮ ਨੂੰ ਲਾਲ ਕਿਲ੍ਹੇ 'ਤੇ ਬਹੁਤ ਵੱਡਾ ਹਰ ਸਾਲ ਦੀ ਤਰ੍ਹਾਂ ਗੁਰਮਤਿ ਸਮਾਗਮ ਹੋਵੇਗਾ। ਰਾਤ 11:30 ਵਜੇ ਤੱਕ 5 ਵਜੇ ਤੋਂ ਆਰੰਭਤਾ ਹੋਵੇਗੀ। 29 ਤਰੀਕ ਨੂੰ ਫਿਰ ਫਤਿਹ ਮਾਰਚ ਹੋਵੇਗਾ। ਉਦਾਂ ਦਾ ਦ੍ਰਿਸ਼, ਉਦਾਂ ਦਾ ਸਮਾਂ ਹਰ ਸਾਲ ਸਤਿਗੁਰੂ ਜੀ ਬੰਨਦੇ ਹਨ। ਇੱਕ ਵਾਰੀ ਇੰਝ ਹੀ ਲੱਗਦਾ ਹੈ ਕਿ ਜਿਵੇਂ ਸੱਚਮੁੱਚ ਖਾਲਸਾ ਅੱਜ ਵੀ ਲਾਲ ਕਿਲ੍ਹੇ 'ਤੇ ਚੜ੍ਹਾਈ ਕਰਨ ਲੱਗਿਆ ਹੈ ਔਰ ਅੱਜ ਇਸ ਨੇ ਇਸ ਦੇ ਅੰਦਰ ਪ੍ਰਵੇਸ਼ ਕਰਨਾ ਹੈ। ਸੋ ਉਸ ਆਨੰਦ ਨੂੰ ਮਾਣੀਏ। ਮੈਂ ਤਾਂ ਰੋਜ਼ ਬੇਨਤੀ ਕਰਦਾ ਕਿ ਇਹਨੂੰ ਕੌਮੀ ਮਾਣ ਤਾਣ ਦਾ ਦਿਨ ਬਣਾ ਕੇ ਸਾਰੇ ਪੰਥ ਨੂੰ ਇਕੱਠਾ ਹੋਣਾ ਚਾਹੀਦਾ। ਅਸੀਂ ਦੱਸੀਏ ਨਾ, ਲੋਕ ਸਾਨੂੰ ਪੁੱਛਣ ਕਿ ਅੱਜ ਇਹ ਲੱਖਾਂ ਸਿੱਖ ਕੱਲ ਲਾਲ ਕਿਲ੍ਹੇ 'ਤੇ ਕਿਉਂ ਇਕੱਠੇ ਹੋਏ ਨੇ। ਫਿਰ ਅਸੀਂ ਦੱਸੀਏ ਕਿ ਭਾਈ ਕਦੇ ਅਸੀਂ ਵੀ ਲਾਲ ਕਿਲ੍ਹੇ ਦੇ ਮਾਲਕ ਸੀ, ਅਸੀਂ ਵੀ ਦਿੱਲੀ ਜਿੱਤ ਕੇ ਇਸ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਚੁਲਾਇਆ ਸੀ, ਮਠਿਆਈ ਪੁੱਲ 'ਤੇ ਆ ਕੇ ਮਠਿਆਈਆਂ ਵੰਡੀਆਂ ਸਨ, 30,000 ਦੇ ਅਸਥਾਨ 'ਤੇ 30,000 ਫੌਜ ਖਾਲਸੇ ਦੀ ਛਾਉਣੀ ਪਾ ਕੇ ਰਹੀ ਸੀ। ਇਹ ਸਾਡੀ ਤਵਾਰੀਖ ਹੈ, ਸਾਡਾ ਇਤਿਹਾਸ ਹੈ। ਮੈਂ ਫਿਰ ਬੇਨਤੀ ਕਰਾਂ, ਆਪਣੀਆਂ ਬਾਤਾਂ ਸਾਨੂੰ ਆਪ ਹੀ ਪਾਉਣੀਆਂ ਪੈਣੀਆਂ ਨੇ, ਕਿਸੇ ਨੇ ਸਾਡਾ ਇਤਿਹਾਸ ਨਹੀਂ ਸੁਣਾਉਣਾ। ਸੋ ਉਹਨਾਂ ਨੂੰ ਵੀ ਜਵਾਬ ਦਿਓ ਜਿਹੜੇ ਹੁਣ ਸਾਨੂੰ ਇਹ ਸ਼ਿਲਾ ਦੇਣ 'ਤੇ ਤੁਰੇ ਹੋਏ ਨੇ ਕਿ ਕੀ ਸਿੱਖ ਲਈ ਪੱਗ ਬੰਨਣੀ ਜ਼ਰੂਰੀ ਹੈ। ਹਾਂ ਭਾਈ, ਬਿਲਕੁਲ ਜ਼ਰੂਰੀ ਹੈ। ਤੁਸੀਂ ਭੁੱਲ ਗਏ ਕਿ ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ ਪੱਗ ਹਮੇਸ਼ਾ ਹੀ ਮਨੁੱਖੀ ਮਾਣ ਸਨਮਾਨ ਦਾ ਇਹ ਬਸਤਰ ਰਿਹਾ ਹੈ। ਤੁਸੀਂ ਆਪਣੀ ਵਿਰਾਸਤ ਗਵਾ ਲਈ। ਕਦੇ ਮਹਾਰਾਣੇ ਪ੍ਰਤਾਪ ਨੇ ਇੱਕ ਮੀਰਜ਼ਾਦੇ ਨੂੰ ਪੱਗ ਦਿੱਤੀ ਸੀ ਅਤੇ ਇੱਕ ਗੱਲ ਆਖੀ ਸੀ ਕਿ ਵੇਖ ਮੀਰਜ਼ਾਦਾ, ਜੇ ਕਦੇ ਅਕਬਰ ਦੇ ਦਰਬਾਰ ਵਿੱਚ ਗਿਓ ਤੇ ਤੂੰ ਤੇ ਉਹਨੂੰ ਸਜਦਾ ਸਲਾਮ ਕਰਨੀ ਹੈ, ਤੂੰ ਆਪਣਾ ਸਿਰ ਝੁਕਾਉਣਾ ਹੈ, ਪਰ ਇਹ ਗੁਸਤਾਖੀ ਕਦੇ ਨਾ ਕਰੀ। ਇਹ ਪੱਗ ਮਹਾਰਾਣਾ ਪ੍ਰਤਾਪ ਦੀ ਹੈ ਕਿ ਉਹ ਉਸ ਅਕਬਰ ਦੇ ਦਰਬਾਰ ਵਿੱਚ ਝੁਕ ਜਾਏ। ਪਰ ਕੀ ਕਹੀਏ, ਜਿਨ੍ਹਾਂ ਲੋਕਾਂ ਨੇ ਬਿਨਾਂ ਪੱਗ ਤੋਂ ਰਹਿਣਾ ਫੈਸ਼ਨ ਬਣਾ ਲਿਆ, ਉਹ ਸਾਰੋਂ ਪੁੱਛਦੇ ਨੇ ਕਿ ਕੀ ਤੁਹਾਡੇ ਵਾਸਤੇ ਪੱਗ ਲਾਜ਼ਮੀ ਹੈ। ਹਾਂ ਭਾਈ, ਸਾਡੇ ਵਾਸਤੇ ਲਾਜ਼ਮੀ ਹੈ। ਤੁਸੀਂ ਤਵਾਰੀ ਗਵਾਈ ਹੈ, ਅਸੀਂ ਆਪਣਾ ਇਤਿਹਾਸ ਸੰਭਾਲਿਆ। ਸੋ ਕੌਮੀ ਆਪਣੇ ਅੰਦਰ ਸਪਿਰਿਟ ਪੈਦਾ ਕਰੀਏ। ਦੁਨੀਆਂ ਦੇ ਕੰਮ ਧੰਦੇ ਇਸੇ ਤਰ੍ਹਾਂ ਹੀ ਚੱਲਣੇ ਨੇ ਭਾਈ, ਪਰ ਕੌਮੀ ਮਾਣ ਤਾਣ ਹਮੇਸ਼ਾ ਸੰਸਾਰ ਦੇ ਵਿੱਚ ਸਲਾਮਤ ਰਹਿਣਾ ਚਾਹੀਦਾ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਾਹਾਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ
जन्म पया प्राणवत नानक तिनकी शरणा जिन तू नाही विसरया सगल द्वार कौ छाड़ कै गयो तुहारो द्वार बाहें गहे की लाज अस गोविंद दास तुहार तन बाला प्रीतम सच्चे पातशाह गुरु महाराज जी की गोद का आनंद माण रहे धन धन साहब श्री गुरु ग्रंथ साहब महाराज जी के दर्शन दिदारे अते गुरबाणी रस नू आनंद रूपी अमृत नाल पी रहे गुरु संगत जीओ दास की हाजरी गुरु के चरणों के विच फतेह का आवाजा बुलंद करके दर प्रवान करवाणी जी वाहिगुरु जी का खालसा वाहिगुरु जी की फतेह। गुरु साहब जी ने अपार बख्शिश की कि अज उस भाग समा असी अपने वड्डे वडेरियां नूं याद करदिआं होइआं शलाघा योग एक उपराला गुरु साहब जी की कृपा सदका दिल्ली गुरद्वारा प्रबंधक कमेटी अते श्रोमणी गुरद्वारा प्रबंधक कमेटी गुरु की संगतां दे उदम उपराले सदका साढ़े वड्डे वधेरियां ने जिहड़ियां तेगां मारियां उस नूं याद करदिआं होइआं असी जथेदार जस्सा सिंह आलूवालिया जी की शताब्दी नूं मुख रख के दिल्ली फतेह दिवस जो प्रोग्राम पिछले कई सालों तो आरंभ होए ने उन्होंने समर्पित किया है। अज दे रोज गुरु की संगतां एक नगर कीर्तन के रूप के विच दिल्ली गुरु के दर्शन दिदारे करन वास्ते पहुँच रही ने। गुरु साहब कृपा करन सब तो पहला दास वालों समूह पंथ नूं दिल्ली गुरद्वारा प्रबंधक कमेटी श्रोमणी गुरद्वारा प्रबंधक कमेटी अते खालसा पंथ नूं बहुत बहुत बधाई होण क्योंकि गुरु के प्यार वालिओ जिहड़ियां कौमां अपने इतिहास नूं भुला दिंदियां ने संसार उन्हां नूं भुला दिंदा है। सो एक बहुत ही वधिया उग्गा यतन गुरु साहब ने कृपा कीती गुरु के प्यार वालिओ सरदार जस्सा सिंह आलूवालिया जी दे वड्डे वडेरे जिहड़े ने वो धन धन साहब श्री गुरु छेवें पातशाह श्री गुरु हरगोबिंद साहब जी दे समय गुरु घर दे नाल जुड़दे ने ते गुरु दीआं जंगां दे विच वध चढ़ के हिस्सा भी पाउंदे ने। उत्थे ये भी एक माण वाली गल है कि सरदार जस्सा सिंह आलूवालिया जी का जिहड़ा जन्म सी दसम पातशाह जी दे मुखारबिंद बचना तो होया सी। गुरु साहब जी ने वचन किए सी इन्हां दे माता पिता जी नूं कि बालक होवेगा तो बहुत जस खट्टेगा इस करके बालक का नाम ही जस्सा सिंह रख्या गया। गुरु के प्यार वालिओ ये कौम की वह महान शख्सियत है जिन्हां ने कुल दुनियावी उम्र 60 साल बतीत की गुरु साहब माफ कर 65 साल बतीत की 65 साल के 60 साल गुरु की सेवा ते कौम की सेवा की झोली दे विच पाए केवल तो केवल 5 साल की आयु तक वह अपने घर दे विच या घर दे कारज विच रहे ने। कुछ समा वह दिल्ली विखे माता सुंदर कौर जी की देख रेख विच भी रहे ते इन्ना 60 सालां दे विच्चों भी आप जी हैरान हो जाओगे 50 साल वह युद्ध के मैदान विच रहे ने। कुल उम्र 65 साल 65 साल के 60 साल गुरु की सेवा ते पंथ की सेवा विच लाए ने अते 50 साल युद्धां जंगां दे विच
ਬਤੀਤ ਕੀਤਾ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ ਵਾਸਤੇ। ਆਪ ਜੀ ਦੇ ਜੀਵਨ ਵੱਲ ਜਦੋਂ ਅਸੀਂ ਝਾਤ ਮਾਰਦੇ ਹਾਂ ਗੁਰੂ ਕੇ ਪਿਆਰ ਵਾਲਿਓ, ਵਿਦਵਾਨਾਂ ਨੇ ਕੁਛ ਤਕਰੀਬਨ 42 ਜੰਗਾਂ, ਇਹ ਕੰਪਲੀਟ ਨਹੀਂ ਹਨ, ਹਜੇ ਤੱਕ ਵਿਦਵਾਨਾਂ ਦੀ ਖੋਜ ਇੰਨੀ ਹੈ, 42 ਜੰਗਾਂ ਜਿਹੜੀਆਂ ਆਪਣੇ ਜੀਵਨ ਦੇ ਵਿੱਚ ਪੰਥ ਦੀ ਝੋਲੀ ਨੂੰ ਚੜ੍ਹਦੀ ਕਲਾ ਵਿੱਚ ਪੰਥ ਨੂੰ ਲੈ ਕੇ ਜਾਣ ਵਾਸਤੇ ਪਾਈਆਂ ਨੇ। ਸੋ ਕਈ ਜੰਗਾਂ ਦਾ ਜਿਹੜਾ ਵੇਰਵਾ ਹੈ, ਜਿਹੜੀਆਂ ਮੁਹਿੰਮਾਂ ਨੇ, ਉਹ ਇੱਕ ਦਿਨ ਤੋਂ ਲੈ ਕੇ 4 ਮਹੀਨੇ ਤੱਕ ਹੈ। ਇਹ ਮੁਹਿੰਮਾਂ 4-4 ਮਹੀਨੇ ਤੱਕ ਚੱਲਦੀਆਂ ਨੇ। ਗੁਰੂ ਕੇ ਪਿਆਰ ਵਾਲਿਓ, 18ਵੀਂ ਸਦੀ ਦਾ ਉਹ ਮਹਾਨ ਜਰਨੈਲ ਜਿਸ ਨੇ ਮੌਕੇ ਦੀ ਸਾਰੀ ਜ਼ਾਲਮ ਹਕੂਮਤ ਨੂੰ ਵੰਗਾਰਿਆ, ਨਤਾੜਿਆ ਅਤੇ ਹਰਾਇਆ। ਆਪ ਜੀ ਜੇ ਲੜੀਵਾਰ ਜ਼ਕਰੀਆ ਖਾਨ ਤੋਂ ਲੈ ਕੇ ਜ਼ਕਰੀਆ ਖਾਨ, ਨਾਦਰ ਸ਼ਾਹ, ਅਦੀਨਾ ਬੇਗ, ਅਬਦਸਤ ਖਾਨ ਅਤੇ ਉਸ ਵੇਲੇ ਦੀ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਅਬਦਾਲੀ, ਮੀਰ ਮੰਨੂ, ਲਖਪਤ ਰਾਏ, ਜਸਪਤ ਰਾਏ, ਯਹੀਆ ਖਾਂ, ਇਹ ਸਾਰੇ ਜਰਵਾਣਿਆਂ ਨੂੰ ਆਪਣੇ ਤੇਗ ਦਾ ਲੋਹਾ ਮਨਾ ਕੇ, ਈਨ ਮਨਾ ਕੇ ਅਤੇ ਮੈਦਾਨੇ ਜੰਗ ਵਿੱਚ ਇਹਨਾਂ ਨੂੰ ਸ਼ਿਕਸਤ ਦਿੱਤੀ। ਐਸੀ ਮਹਾਨ ਸ਼ਖਸੀਅਤ, ਐਸੇ ਮਹਾਨ ਜਰਨੈਲ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਸਦਕਾ, ਗੁਰੂ ਦੀ ਬਖਸ਼ਿਸ਼ ਸ੍ਰੀ ਸਾਹਿਬ ਸਦਕਾ, ਮੈਂ ਇੱਥੇ ਬੇਨਤੀ ਕਰਦਾ, ਇਹ ਉਹ ਮਹਾਨ ਜਰਨੈਲ ਹੈ ਜਿਨ੍ਹਾਂ ਨੂੰ ਮਾਤਾ ਸੁੰਦਰ ਕੌਰ ਜੀ ਨੇ ਦਸਮ ਪਾਤਸ਼ਾਹ ਦੀ ਸ਼ਮਸ਼ੀਰ, ਕਮਾਨ, ਤੀਰਾਂ ਵਾਲਾ ਪੱਥਾ, ਇੱਕ ਗੁਰਜ, ਨਿੱਜਾ ਬਖਸ਼ਿਸ਼ ਕਰਕੇ ਮਾਣ ਸਨਮਾਨ ਬਖਸ਼ਿਆ। ਇਸੇ ਬਖਸ਼ਿਸ਼ ਦੇ ਨਾਲ ਇਸ ਗੁਰੂ ਕੇ ਸੂਰਮੇ ਨੇ ਲਾਹੌਰ ਨੂੰ ਜਿੱਤਿਆ, ਜਿੱਥੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਹੋਈ ਸੀ। ਮੁਲਤਾਨ ਨੂੰ ਝੁਕਾਇਆ, ਜਿਹਨੂੰ ਅੱਜ ਤੱਕ ਕੋਈ ਨਹੀਂ ਚੁਕਾ ਸਕ ਰਿਹਾ, ਅਜੋਕੀਆਂ ਸਰਕਾਰਾਂ। ਲਾਹੌਰ ਨੂੰ ਜਿੱਤਿਆ, ਮੁਲਤਾਨ ਨੂੰ ਚੁਕਾਇਆ ਅਤੇ ਸਰਹੰਦ ਦੀ ਇੱਟ ਨਾਲ ਇੱਟ ਵਜਾਈ, ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ। ਉਸ ਸਰਹੰਦ ਦੀ ਇੱਟ ਨਾਲ ਇੱਟ ਵਜਾਉਣ ਤੋਂ ਬਾਅਦ ਸਰਹੰਦ ਦਾ ਨਾਂ ਫਤਿਹਗੜ੍ਹ ਸਾਹਿਬ ਇਸ ਮਹਾਨ ਸ਼ਖਸੀਅਤ ਨੇ ਹੀ ਦਰਜ ਕਰਵਾਇਆ। ਸਾਹਿਬਜ਼ਾਦਿਆਂ ਦੀ ਯਾਦ ਵਿੱਚ ਉੱਥੇ ਇਮਾਰਤ ਗੁਰਦੁਆਰਾ ਸਾਹਿਬ ਦੇ ਰੂਪ ਦੇ ਵਿੱਚ ਸੇਵਾ ਕਰਾਈ ਅਤੇ ਦਿੱਲੀ ਨੂੰ ਫਤਿਹ ਕੀਤਾ, ਜਿਸ ਤਰੀਕੇ ਨਾਲ ਕਿ ਆਪ ਜੀ ਨੇ ਸਿੰਘ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ, ਉਸ ਦਿੱਲੀ ਜਿੱਥੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ। ਇਸ ਮਹਾਨ ਗੁਰੂ ਕੇ ਲਾਰ ਨੇ ਇੰਨਾ ਵੱਡਾ ਯੋਗਦਾਨ ਪਾਇਆ ਖਾਲਸਾ ਪੰਥ ਦੀ ਝੋਲੀ ਦੇ ਵਿੱਚ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਾਸਤੇ ਰੱਖਣ ਵਾਸਤੇ। ਆਪ ਜੀ ਹੈਰਾਨ ਹੋ ਜਾਓਗੇ, ਜਦੋਂ ਅਬਦਾਲੀ ਨੇ ਹਰਿਮੰਦਰ ਸਾਹਿਬ ਜੀ ਦਾ ਸਰੋਵਰ ਪੂਰਿਆ, ਗੁਰੂ ਸਾਹਿਬ ਜੀ ਦੇ ਦਰ ਦੀ ਬੇਅਦਬੀ ਕੀਤੀ, ਨਾਸਤ ਨਬੂਤ ਕੀਤਾ, ਉਸ ਵੇਲੇ ਇਸ ਸੂਰਮੇ ਨੇ ਇੱਕ ਚਾਦਰ ਵਿਛਾਈ ਜਿਹਦਾ ਨਾਂ ਧਰਮ ਦੀ ਚਾਦਰ ਹੈ। ਉਹਦੇ ਵਿੱਚ ਸਿੰਘ ਸੂਰਮਿਆਂ ਨੂੰ ਕਾਰ ਸੇਵਾ ਕਰਨ ਵਾਸਤੇ ਪ੍ਰੇਰਿਤ ਕੀਤਾ। ਸਾਰੇ ਸਰਦਾਰਾਂ ਨੇ ਜਿਹੜਾ ਦਸਵੰਧ ਕੱਢਿਆ ਉਹ 5 ਲੱਖ ਰੁਪਇਆ ਸੀ, ਇਸ ਗੁਰੂ ਕੇ ਲਾਲ ਨੇ ਉਸ ਕਾਰ ਸੇਵਾ ਵਿੱਚ 7 ਲੱਖ ਰੁਪਈਆ ਜਿਹੜਾ ਉਹ ਕੌਮ ਦੀ ਝੋਲੀ ਦੇ ਵਿੱਚ ਪਾਇਆ ਅਤੇ ਉਸ ਵੇਲੇ ਦੀ ਜਿਹੜੀ ਹਰਿਮੰਦਰ ਸਾਹਿਬ ਦੀ ਇਮਾਰਤ ਸੀ ਉਹਦੀ ਕਾਰ ਸੇਵਾ ਕਰਾਈ। ਖਾਲਸਾ ਪੰਥ ਨੇ ਵੀ ਆਪ ਜੀ ਨੂੰ ਬਹੁਤ ਮਾਣ ਦਿੱਤਾ, ਬਖਸ਼ਿਸ਼ ਕੀਤਾ। ਹਰਿਮੰਦਰ ਸਾਹਿਬ ਦੀ ਉਸ ਵੇਲੇ ਦੀ ਜਿਹੜੀ ਨੀਂਹ ਸੀ, ਉਸ ਨੀਂਹ ਦੀ ਇੱਟ ਖਾਲਸਾ ਪੰਥ ਨੇ ਆਪ ਦੀ ਸੇਵਾ ਦੀ ਝੋਲੀ ਦੇ ਵਿੱਚ ਪਾਈ। ਇਹ ਉਹ ਮਹਾਨ ਜਰਨੈਲ ਹੈ ਗੁਰੂ ਕੇ ਪਿਆਰ ਵਾਲਿਓ, ਜਿਸ ਨੇ ਮੌਕੇ ਦੀਆਂ ਸਾਰੀਆਂ ਸਰਕਾਰਾਂ ਨੂੰ ਆਪਣੇ ਪੈਰਾਂ ਦੇ ਵਿੱਚ ਲਿਤਾੜਿਆ ਅਤੇ ਮਾਤਾ ਸੁੰਦਰ ਕੌਰ ਅਤੇ ਨਵਾਬ ਕਪੂਰ ਸਿੰਘ ਦੀ ਜਿਹੜੇ ਬਚਨ ਸਨ ਸੁਲਤਾਨੁਲ ਕੌਮ ਵਾਲੇ, ਉਹ ਪੂਰੇ ਹੋਏ। ਜਦੋਂ ਇੱਕ ਸਮਾਂ ਸੇਵਾ ਕਰਦਿਆਂ ਆਪ ਜੀ ਥੋੜ੍ਹੇ ਜਿਹੇ ਖਿੱਝ ਕੇ ਨਵਾਬ ਜੀ ਪਾਸ ਆਏ, ਉਸ ਵੇਲੇ ਨਵਾਬ ਕਪੂਰ ਸਿੰਘ ਜੀ ਨੇ ਇਸ ਸ਼ਬਦਾਂ ਦੇ ਨਾਲ ਆਪ ਜੀ ਦਾ ਦਿਲ ਜਿੱਤਿਆ ਅਤੇ ਆਪ ਨੂੰ ਕੌਮ ਦੀ ਸੇਵਾ ਕਰਨ ਵਾਸਤੇ ਪ੍ਰੇਰਿਤ ਕੀਤਾ। ਹਮਕੋ ਕੀਨੇ ਪੰਥ ਨਵਾਬੇ, ਤੁਮਕੋ ਕਰੀਅਗ ਪਾਤਸ਼ਾਹੀ ਤਾਬੇ, ਉਸੀ ਵਕਤ ਭਇਓ ਨਿਹਾਲ ਸ਼ਾਹ ਅਖਾਇਓ ਜੱਸਾ ਕਲਾਲ। ਕਿ ਇਸ ਪੰਥ ਨੇ ਇਸ ਨਾਚੀਜ਼ ਘੋੜੇ ਦੀ ਲਿੱਧ ਚੁੱਕਣ ਵਾਲੇ ਨੂੰ ਨਵਾਬ ਬਣਾਤਾ, ਕੀ ਪਤਾ ਜੱਸਾ ਸਿਆਂ ਆਉਣ ਵਾਲੇ ਸਮੇਂ 'ਚ ਇਹ ਗਰੀਬ ਨਵਾਜ ਪੰਥ ਤੈਨੂੰ ਪਾਤਸ਼ਾਹੀ ਬਖਸ਼ ਦੇਵੇ। ਸੋ ਗੁਰੂ ਕੇ ਪਿਆਰ ਵਾਲਿਓ, ਪੰਥ ਨੇ ਵੀ ਘਾਟ ਨਹੀਂ ਕੀਤੀ, ਸਮੇਂ ਸਮੇਂ ਮਾਨ ਸਨਮਾਨ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਬਖਸ਼ਿਆ। ਸਭ ਤੋਂ ਪਹਿਲਾਂ ਆਪ ਜੀ ਨੂੰ ਨਵਾਬ ਦੀ ਉਪਾਧੀ ਬਖਸ਼ਿਸ਼ ਕੀਤੀ ਗਈ। ਨਵਾਬ ਦੀ ਉਪਾਧੀ ਤੋਂ ਬਾਅਦ
दल खालसा जी के मुखी के रूप में जी आप सामने आए। उस तो बाद बुढ़ा दल के मुख सेवादार बने, जिस तो मिसल काल चलिया। मिसल शब्द भी जस्सा सिंह आलूवालिया जी की देन है गुरु के प्यार वालियो। आप जी आलूवालिया मिसल के जथेदार बने। इस दे नाल ही सारी सिख फौज के चीफ कमांडर होने का अहुदा भी आप जी बख्शिश किया गया, भाव सारिया मिसलों के सांझे जथेदार। उस तो बाद आप जी अकाल तख्त साहब जी के जथेदार वजो भी सेवा निभाते रहे। अते सुल्तानुल कौम ये लगभग भी खालसा पंथ ने आप जी झोली पाया। इन्ने माण सम्मान केवल तो केवल सरदार जस्सा सिंह आलूवालिया जी के हाथ में आए। इन्ने माण सम्मान तो बाद ही गुरु के प्यार वाले गुरु के चरणों नाल ऐसी प्रीत ऐसा प्यार, जे लाहौर जित के सुल्तानुल कौम का खिताब हासिल किया उस वेले सिक्का अपने नाँ का जारी नहीं किया गुरु के प्यार वाले। जिहड़ा सिक्का गुरु साहब जी के नाँ का बाबा बंदा सिंह बहादुर ने जारी किया सी उस सिक्के नूं ही फिर ढालिया गया ते प्रमोट किया गया। सिक्के दे उत्ते गुरु की उस्तत दे जिहड़े लगभग लिखे गए, देगो तेगो फतेह नुसरत बेदरंग याफत अज नानक गुरु गोबिंद सिंह। सो उस महान सूरबीर महान जरनैल जिसने खालसे राज दियां नीयां पहले ही उसार दित्तियां सी। ठीक है खालसा राज जेड़ा है महाराजा रणजीत सिंह दे समय आउंदा है, पर उस दियां नीयां सरदार जस्सा सिंह आलूवाल जिया पहले ही बन चुके सन। गुरु के प्यार वालियो आप जी हैरान होवोगे, आप जी ने एक घटना सुनी होएगी सिख इतिहास विच कि सिख सरदारां को सिख पंथ को मौके दी जिहड़ी हकूमत है वह थर थर कंपदी है, इस करके सिखां नूं नवाबी देना चाहुंदी है। नवाबी दी गल चलदी है, सारे बहुमते दे नाल इह गल पास हुंदी है सिद्ध हुंदी है कि यह नवाबी जिहड़ी है नवाब कपूर सिंह जी नूं दित्ती जावे। नवाब कपूर सिंह जी हाथ जोड़ के कहिंदे कहिंदे मैं नवाबी लैणी नहीं चाहुंदा, पर जे खालसा पंथ दा हुक्म है ते मेरी एक बेनती है। बेनती यह है कि पांच सिंह साहबान पांच प्यारे ये मैनू हुक्म कर देन ते ये नवाबी की जिहड़ी कलगी है नवाबी की जिहड़ी थाली है अपने चरणा नाल छुहा के मैनू भेट करन। गुरु के प्यार वालियो उस वेले पांच प्यारे सिंह साहबाना के रूप के पांच सिंह जेड़े है उन्हां दी सेवा लगती है। वह पांच प्यारे रूप के सामने सन्मुख हुंदे ने बाबा दीप सिंह जी, पंजां प्यारियां दे विच उन्हां दी सेवा लगती है। भाई नौद सिंह जी महाराजा रणजीत सिंह जी के पड़दादे, भाई हरी सिंह जी, भाई करम सिंह जी ते भाई जस्सा सिंह आलूवालिया जी। गुरु के प्यार वाले ये घटना मैं आप जी नाल तां सांझी कीती कि ये जिहड़ी घटना है उस वेले सरदार जस्सा सिंह आलूवालिया जी की कुल उम्र सिर्फ केवल तो केवल 15 साल है। बाबा दीप सिंह जी की उम्र 51 तो 52 साल, पंजा प्यारियां दे विच सेवा कर रहा है गुरु का लाल सिर्फ तो सिर्फ 15 सालों के 10 सालों के आसा जी की वार का कीर्तन आप जी गुरु घर के कीर्तन रूप के संगतां नूं सरवण कराउंदे ने। सो उस योधे सूरबीर नूं याद करदिआं वधाई दे पात्र हाँ सीना बसीना अपनियां आउण वालियां पीढ़ियां नूं इह इतिहास तो जाणू कराइए ताकि अजोके समें दे विच ते आउण वाले समें दे विच सानू कोई इह पुछण दी हिमाकत ना करे कि सिख वास्ते दस्तार जरूरी है कि नहीं, क्योंकि इन्हां दस्तारां करके ही 2200 गुड़ियां जिहड़ियां सी उह साडे सूरबीर छड़ा के आए सी ते उस वेले दा इक अखाण बन गया सी, आ गए ने निहंग बुआ खोल दे निसंग, दस्तारां वाले आ गए ने तेरी इज्जत पत दे राखे आ गए ने। इस करके इस गुरु दे लाल नूं इक होर लपक मिलिया सी उस वेले, उह सी बंदी छोड़। छेवें पातशाह तो बाद जे किसी इस लपक दे विच माण मिलिया है तो वह गुरु की बख्शे सदका सरदार जस्सा सिंह आलूवालिया जी नूं मिलिया है। सो उस महान जरनैल नूं असीं याद करदे होया उन्हां दी शताब्दी नूं समर्पित सारे प्रोग्राम जिहड़े है गुरु ने कृपा करके करवा रहे ने अपने सेवादारां पासों। एक बार फिर बहुत बहुत वधाई सारी सिख संगतां नूं उस महान जरनैल नूं याद करदे हां।
सो आओ हुण आपां दर घर दी चाली आउंदी मर्यादा शब्द की लड़ीवार कथा वाल गुरु साहब जी कृपा करन साडा मन तन केंद्रित करन। अज दा शब्द जिहड़ा आप जी ने पंत दे महान विद्वान भाई साहब भाई जथेदार सिंह साहब हैड ग्रंथी ज्ञानी रणजीत सिंह जी हुणा पासों सरवण कीता है, गुरु के प्यार वालियो यह शब्द धन धन साहिब श्री गुरु ग्रंथ साहिब महाराज जी के अंग नंबर 1113 ते सुशोभित है। तुखारी राग दे विच यह शब्द है। धन धन साहिब श्री गुरु रामदास महाराज जी ने कृपा की है, पिछले दिन आप जी ने इस बाणी नूं सरवण करदे होया पहले पातशाह जी दे रचे हुए शब्दां दे दर्शन किए सन। गुरु ने कृपा की एक ओंकार सतगुर प्रसाद। आप जी ख्याल करो धन धन साहिब श्री गुरु ग्रंथ साहिब महाराज जी की आरंभता दे विच गुरु साहब जी ने बाणी अंकित की जपजी साहब। जपजी साहब तो प्रारंभ किया मूल मंत्र ते मूल मंत्र तो सब तो पहला जेड़ा शब्द गुरु साहब जी ने अंकित किया वह है एक ओंकार। उस तो बाद जिन्ने भी राग इस गुरु साहब जी ने दर्ज किए जिन्ने भी नवे मजमून जेड़े है गुरु साहब जी ने दर्ज किए शब्द वरत्या एक ओंकार। अर्थ की है क्यों वरत्या? इस संसार दे वेच तकरीबन 4200 धर्म जेड़े ने वो विकसित ने। हर एक धर्म का अपना अपना ग्रंथ है गुरु के प्यार वालियो। कई धर्म जेड़े ने एक शक्ति नू मानते ने, कई दो शक्तियां नू मानते ने, कई तीन नू भी मानते ने। गुरु साहब जी एक तो गल आरंभ करते ने, क्यों? गुरु साहब जी बख्शिश करते ने साहेब मेरा एको है, एको है भाई एको है। एक परमात्मा परमेश्वर वाहिगुरु जी है। आरंभता इस करके की जाती है कि सिख ते सिख सिद्धांत एक नू समर्पित है, दूजे की थां नहीं है, इतने एक नू समर्पित है। ये सारी बाणी का तत् सार भावें आप जी शब्दों के रूप के व्याख्या के रूप के गुरु साहब जी का जस सुन दे जे, भावें अखंड पाठ साहब जी की हाजिरी भरी जाती है, भावें सहज पाठ की, गुरु साहब आरंभ में एक लिखण का कारण है कि यह सिखा इस सारी बाणी का तत् सार ते सिद्धांत यह है कि तू एक नाल जुड़ जा ते ए एक दी उस्तत है, वो एक है। इस तो अगा मैं आप जी नाल बेनती करा संसार दे विच बड़ियां भाषावां ने, बड़ियां लैंग्वेजेस ने, तकरीबन 6000 दे करीब बोलियां जिहड़ियां बोलियां जांदियां ने, पर जिहड़ियां बेसिक लैंग्वेजेस ने बेसिक भाषा ने जिथों भाषा ते लैंग्वेज की उपज होई वह तीन ही ने, केवल तीन बेसिक तीन ने। बाद विच उन्हां दा रूपांतर हुंदा रहा, अक्षर बदलते रहे ने, बोलण दा उचारण बदलता रहा, पर बेस तीन ही ने। वह तीन लैंग्वेज कीड़ी ने? पहली लैंग्वेज है नंबरिकल लैंग्वेज, जिहड़ी नंबरां नाल बोली जाती है, जिहनूं असीं गिनती दी भाषा कहिंदे हां, 1 2 3 4 1 2 3 4। दूसरी भाषा जिहड़ी है वह अखरी लैंग्वेज अल्फाबैटिक लैंग्वेज, जिन्हों असी ए बी सी डी ऊड़ा ऐड़ा या काखा दे रूप दे विच लेने हैं। बाद चो अखर तब्दील हुंदे ने, उचारण तब्दील हुंदा, बेस यही है। तीसरी जिहड़ी भाषा है जिहड़ी विकास करदी है मनुखा जीवन दे विच वह है साइना दी भाषा। आप जी ख्याल करो आप जी जदों ड्राइव करते हो गए तो साइन दिते हुंदे ने सज्जे मुड़न का खब्बे मुड़न का, या अगे रोड जिहड़ा है वो रिपेयर हो रहा है उच्च साइन होंदे ने, जिन्हां नूं असीं इशारियां दी भाषा कहिंदे। तीन भाषावां ने जिहड़ा नंबरां दा ज्ञान गिनती दा ज्ञान कराउंदे ने, अल्फाबैटिक ज्ञान कराउंदे ने, या इशारियां दा ज्ञान कराउंदे ने। गुरु के प्यार वालिओ अज तक संसार दे विच कोई ऐसा दार्शनिक, कोई ऐसा विद्वान, कोई ऐसा साइंटिस्ट नहीं होया जिन्हें ये तिना भाषा रला के कोई शब्द बनाया होवे। ये तिना भाषा रला के किसी शब्द नू उजागर किया होवे या सुमेल किया होवे,
जे करन दा जतन भी कीता ते उस दे अर्थ नहीं बन सकी, अज तक नहीं। गुरु के प्यार वालियो, इस गल तो भी सिख बड़े खुश नसीब ने, तंता योग ने, उस शब्द नू उजागर तन तन साहिब श्री गुरु नानक देव जी महाराज ने अज तो 500 साल पहला ही कर दिता। उस शब्द सी एक, ओ ओंकार एक गिनती दा एक, ओ इशारे दी लैंग्वेज ते ऊड़ा विच पा के अखरी ज्ञान बख्शिश किया अल्फाबैटिक लैंग्वेज लैके। ये तिना लैंग्वेज नू दो शब्द ने ते लैंग्वेज तीन ने, ते एदा अर्थ इन्ना वड्डा ते महान है कि इस दे सामने सारी दुनिया की विद्या, सारी दुनिया का ज्ञान आन के गोडे पार होके झुकद है। अर्थ है कि वह परमात्मा परमेश्वर वाहगुरु मूल जड़ा है, वह एक है जिसने सारी सृष्टि की रचना की। उस एक नू गुरु क्या सिखा तू कि प्राप्त हो सकता है, किदा तू दर्शन कर सकता है। अज दे इस दर्श शब्द का जिहड़ा केंद्रित मूल है वह यही है कि हे परमात्मा परमेश्वर वाहगुरु जी पति जी, मैं तुहाडे च एकमिक किदा हो जा, तुहाडे दर्शन किदा सानू प्राप्त होण, ते गुरु साहब जी बख्शिश करदे ने वह एक है। ते सतगुर सच्चे गुरु की प्रसाद किरपा सदका उस एक ना तेरा मिलना होएगा। उस एक नू मिलन तो पहला तेनू सच्चे गुरु का मिलाप जेड़ा है ओदियां अरदासां करनियां पैणगियां, सच्चे गुरु दे नाल जुड़ना पएगा। उस सच्चे गुरु की कृपा सदका ही उस एक नू तू मिल सकदा है। तुखारी ए राग दा नाम है गुरु के प्यार वालियो। इस राग दे विच भी गुरु साहिब जी ने बड़ियां विलखण चीज़ां जिहड़ियां सरमाओ के साडे सामने रखियां ने, साडी झोली विच पाईयां ने। तुखारी राग धन धन साहिब श्री गुरु ग्रंथ साहिब महाराज जी विच 22वें थान दे उत्ते गुरु साहिब जी ने अंकित किया। 31 रागां दी बाणी गुरु साहिब जी ने धन धन साहिब श्री गुरु ग्रंथ साहिब विच दर्ज की। 31 रागां विचों केवल ते केवल एक कल्ला राग ऐसा राग है जिदे विच रहाओ नहीं हुंदा। बाकी 30 रागां दे विच गुरु साहिब जी ने किते ना किते हो सकदा कुछ शब्द जिहड़े गुरु साहिब जी ने रहाओ तो मुक्त रखे होण, पर ये संपूर्ण तुखारी राग जिहड़ा इस संपूर्ण राग दे विच रहाओ दी किते भी गुरु साहिब जी ने वरतू नहीं कीती। उस उपरंत मैं बेनती करा ये राग जिहड़ा है इस राग दे विच भगत बाणी दर्ज नहीं है, केवल ते केवल 3 गुरु साहिब जी ने बख्शिश की है इस राग दे विच बाणी की कृपा की है। पहले पातशाह गुरु साहिब जी, गुरु साहिब जी के 6 शब्द ने पहले पातशाह जी के, 4थे पातशाह धन धन साहिब श्री गुरु रामदास महाराज जी के 4 शब्द ने, धन धन साहिब श्री गुरु अर्जन देव जी महाराज 5म पातशाह जी का 1 शब्द है। कुल शब्दों की गिनती 11 है। सो केवल तो केवल 3 गुरु साहिब जी ने कृपा की, भगत बाणी भी नहीं है। गुरु के प्यार वाले जो असी तुखारी राग का पिछोकड़ देखते हैं भारत वर्ष के जिथे बहुत पुरातन पुरातन राग सानू मिलते पर तुखारी राग कितने नहीं मिलता। सो विद्वाना का यह मनना है कि यह तुखारी राग धन धन साहिब श्री गुरु नानक देव जी ने आप प्रचारिया, आप उसारिया, ते इस भारत वर्ष की राग प्रणाली दे झोली दे विच पा दिता। इस दे सिरजनहार, इस राग दे सिरजनहार धन धन साहिब श्री गुरु नानक देव जी महाराज है। ते ए तुखारी राग जिहड़ा है गुरु के प्यार वालियो, ये तुखारी राग विराग दी कसक दा राग है, मिठा विराग, मिठा विछोड़ा, मिठे विछोड़े ते मिठे विराग दे विच जिस तरीके नाल किसे नूं याद किया जाता है ये वह राग है। इस उपरंत गुरु साहिब जी तुखारी उपरंत शब्द अंकित करते हैं शंत, तुखारी शंत। शंत दे की अर्थ ने गुरु के प्यार वालियो, आप जी धन धन साहिब श्री गुरु ग्रंथ साहिब महाराज विच दर्शन करते होगे सलोक पौड़ियां अलाणियां घोड़ियां करहले ऐसे शब्द आते ने। ये शंत जिहड़ा है एक काव्य रचना की गायन शैली है,
ਸ਼ੰਤ ਤੋਂ ਅਰਥ ਭਾਵ ਇਹ ਲਿਆ ਜਾਂਦਾ ਹੈ ਕਿ ਪੁਰਾਤਨ ਸਮੇਂ ਦੇ ਵਿੱਚ ਇਸਤਰੀਆਂ ਆਪਣੇ ਪਤੀ ਨੂੰ ਪ੍ਰੇਮ ਨਾਲ ਯਾਦ ਕਰਦਿਆਂ ਉਹਨਾਂ ਦੇ ਮਿਲਾਪ ਦਾ ਆਨੰਦ ਮਨਾਉਂਦੀਆਂ ਨੇ। ਉਹਨਾਂ ਦੇ ਪ੍ਰੇਮ ਰੂਪੀ ਜਿਹੜੇ ਗੀਤ ਸਨ ਉਹਨਾਂ ਨੂੰ ਸ਼ੰਤ ਕਿਹਾ ਜਾਂਦਾ ਸੀ। ਤੇ ਵੇਖੋ ਕਿੰਨੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਕਿੰਨੀ ਵਿਲੱਖਣਤਾ ਹੈ। ਇੱਕ ਪਾਸੇ ਤੁਖਾਰੀ ਰਾਗ ਹੈ ਵਿਛੋੜੇ ਦਾ, ਮਿੱਠੇ ਵਿਛੋੜੇ ਦਾ, ਤੇ ਦੂਸਰੇ ਪਾਸੇ ਗੁਰੂ ਸਾਹਿਬ ਜੀ ਨੇ ਨਾਲ ਅੰਕਿਤ ਕਰਤਾ ਸ਼ੰਤ ਭਾਵ ਮਿਲਾਪ। ਵਿਛੋੜਾ ਤੇ ਮਿਲਾਪ ਦੋਵਾਂ ਨੂੰ ਇੱਕ ਥਾਂ ਇਕੱਠਿਆਂ ਕਰਕੇ ਗੁਰੂ ਸਾਹਿਬ ਜੀ ਨੇ ਇਸ ਸ਼ਬਦਾਂ ਦੀ ਰਚਨਾ ਕੀਤੀ, ਭਾਵ ਕਿ ਜੀਵ ਆਤਮਾ ਜਿਹੜੀ ਹੈ ਉਹ ਵਿਛੜੀ ਹੋਈ ਹੈ ਤੇ ਉਸ ਦਾ ਮਿਲਾਪ ਕਿਸ ਤਰ੍ਹਾਂ ਹੋਵੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨਾਲ। ਇਹਨਾਂ ਸ਼ਬਦਾਂ ਰਾਹੀਂ, ਇਹਨਾਂ ਪੰਕਤੀਆਂ ਰਾਹੀਂ ਗੁਰੂ ਸਾਹਿਬ ਜੀ ਨੇ ਸਾਡੇ ਤੇ ਤਰਸ ਕਰਕੇ ਬਖਸ਼ਿਸ਼ ਕੀਤੀ। ਤੇ ਆਪ ਜੀ ਜਦੋਂ ਇਹਨਾਂ ਸ਼ਬਦਾਂ ਨੂੰ ਧਿਆਨ ਨਾਲ ਵਾਚੋਗੇ, ਪਹਿਲੀਆਂ ਪੰਕਤੀਆਂ ਦੇ ਵਿੱਚ ਵਿਛੋੜੇ ਦੀ ਗੱਲ ਆਏਗੀ, ਵਿਛੋੜੇ ਦੀ ਕਸਕ ਦੀ ਗੱਲ ਆਏਗੀ, ਮਗਰਲੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਜੀ ਮਿਲਾਪ ਦੀ ਗੱਲ ਕਰਨਗੇ। ਇਹਨਾਂ ਸ਼ਬਦਾਂ ਦੇ ਵਿੱਚ ਸ਼ੰਤ ਹੋਣ ਕਰਕੇ ਇਹ ਸਾਰਾ ਸ਼ਬਦ ਜਿਹੜਾ ਹੈ ਇਸਤਰੀ ਰੂਪ ਵਿੱਚ ਗੁਰੂ ਸਾਹਿਬ ਜੀ ਨੇ ਗਾਇਨ ਕੀਤਾ। ਇਸਤਰੀ ਜੀਵ ਆਤਮਾ ਨੂੰ ਇਸਤਰੀ ਮੰਨ ਕੇ, ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਪਤੀ ਮੰਨ ਕੇ ਇਹਨਾਂ ਸ਼ਬਦਾਂ ਦੀ ਗੁਰੂ ਸਾਹਿਬ ਜੀ ਨੇ ਰਚਨਾ ਕੀਤੀ ਹੈ। ਸੋ ਗੁਰੂ ਸਾਹਿਬ ਜੀ ਇਸ ਸ਼ਬਦ ਦੀ ਆਰੰਭਤਾ ਕਰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੁਖਾਰੀ ਸ਼ੰਤ ਮਹੱਲਾ ਚੌਥਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਸ਼ਬਦ ਦੇ ਕਰਤਾਹਾਰ ਨੇ। ਅੰਤਰ ਪੀਰੀ ਪਿਆਰ ਕਿਉਂ ਪੀਰ ਬਿਨ ਜੀਵੀਏ ਰਾਮ, ਇਹ ਮੇਰੇ ਪਤੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਮੇਰੇ ਅੰਦਰ ਮੇਰੇ ਹਿਰਦੇ ਵਿੱਚ, ਬਾਹਰ ਨਹੀਂ, ਬਾਹਰ ਦੇ ਪ੍ਰੇਮ ਬੜੇ ਨੇ, ਵਿਖਾਵੇ ਦੇ ਪ੍ਰੇਮ ਬੜੇ ਨੇ, ਮੇਰੇ ਅੰਦਰ ਤੜਪ ਹੈ ਤੁਹਾਡੇ ਪਿਆਰ ਦੀ ਤੇ ਮੈਂ ਤੁਹਾਡੇ ਤੋਂ ਬਗੈਰ ਜੀ ਨਹੀਂ ਸਕਦੀ। ਗੁਰੂ ਕੇ ਪਿਆਰ ਵਾਲਿਓ, ਇਹ ਗੱਲ ਗੁਰੂ ਸਾਹਿਬ ਜੀ ਜਿਨ੍ਹਾਂ ਨੂੰ ਪਿਆਰ ਹੈ ਉਹਨਾਂ ਦੀ ਅਵਸਥਾ ਦੀ ਗੱਲ ਕਰ ਰਹੇ ਨੇ। ਸਾਡਾ ਤਾਂ ਹਜੇ ਪਿਆਰ ਬਣਿਆ ਹੀ ਨਹੀਂ, ਜੇ ਬਣ ਗਿਆ ਹੋਵੇਗਾ ਸੁਭਾਗ ਭਾਗ ਨੇ, ਉਹ ਇਸ ਸ਼ਬਦ ਦੇ ਅੰਤਰੀਵ ਭਾਵ ਨੂੰ ਸਮਝ ਸਕਦੇ ਨੇ ਕਿ ਹੇ ਗੁਰੂ ਮਹਾਰਾਜ ਜੀ ਸਾਡੇ ਅੰਦਰ ਤੜਪ ਹੈ ਤੇ ਜੇ ਤੂੰ ਵੀ ਪਿਆਰ ਪੈਦਾ ਕਰਨਾ ਚਾਹੁੰਦਾ, ਗੁਰੂ ਸਾਹਿਬ ਬਖਸ਼ਿਸ਼ ਕਰਦਾ, ਜੇ ਤੈਨੂੰ ਵੀ ਲੋਚਿਆ ਕਿ ਮੇਰਾ ਪਿਆਰ ਪਰਮਾਤਮਾ ਨਾ ਪਵੇ, ਵੀ ਗੁਰੂ ਸਾਹਿਬ ਜੀ ਕਿਰਪਾ ਕਰੋ ਅਸੀਂ ਕੀ ਕਰੀਏ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਮੂੰਹੋਂ ਕੇ ਬੋਲਣ ਬੋਲੀਏ ਜਿੱਤ ਸੁਣ ਧਰੈ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਉਸ ਪਰਮਾਤਮਾ ਦੀ ਵਡਿਆਈ ਦੀ ਵਿਚਾਰ ਕਰ, ਤੇਰਾ ਪਿਆਰ ਪੈ ਜਾਏਗਾ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਦੂਸਰੀ ਬੇਨਤੀ ਕਿ ਸਾਧ ਸੰਗਤ ਵਿੱਚ ਪਹੁੰਚ, ਫਿਰ ਪਿਆਰ ਉਪਜੇਗਾ। ਇਕੱਲਿਆਂ ਬੈਠ ਕੇ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਸਾਹਿਬ ਕਹਿੰਦੇ ਮੈਂ ਇੱਕ ਨੁਕਤਾ ਬਖਸ਼ਦਾ, ਜੇ ਤੂੰ ਪਰਮਾਤਮਾ ਨਾਲ ਪਿਆਰ ਪਾਉਣੀ ਹੈ, ਪ੍ਰੀਤ ਪਾਉਣੀ ਹੈ, ਗੁਰੂ ਸਾਹਿਬ ਜੀ ਕਿਰਪਾ ਕਰੋ ਕਿਸ ਤਰ੍ਹਾਂ ਪ੍ਰੀਤ ਪਵੇ। ਮਨ ਰੇ ਰਾਮ ਸਿਉ ਕਰ ਪ੍ਰੀਤ, ਤੂੰ ਪਰਮਾਤਮਾ ਨਾਲ ਪ੍ਰੇਮ ਪਾ ਲਾ। ਕਿਸ ਤਰ੍ਹਾਂ ਗੁਰੂ ਸਾਹਿਬ ਜੀ, ਸਰਵਣ ਗੁਣ ਗੋਬਿੰਦ ਸੁਣੋ ਔਰ ਗਾਓ ਰਸਨਾ ਗੀਤ। 20 ਸਾਲ ਹੋ ਗਏ ਗੁਰੂ ਦੇ ਦਰ ਤੇ ਆਉਂਦਿਆਂ ਨਿਤਨੇਮ ਕਰਦਿਆਂ ਪ੍ਰੀਤ ਨਹੀਂ ਪਈ। ਕਾਰਨ ਕੀ ਹੈ? ਗੁਰੂ ਸਾਹਿਬ ਜੀ ਕਹਿੰਦੇ ਮੋਬਾਈਲ ਨਾ ਸੁਣ ਸੰਗਤ 'ਚ ਬੈਠ ਕੇ, ਗੁਰੂ ਦੇ ਗੁਣ ਸੁਣ, ਰਸਨਾ ਦੇ ਨਾਲ ਗੁਰੂ ਦੇ ਗੁਣ ਗਾ, ਫਿਰ ਤੇਰੀ ਵੀ ਪ੍ਰੀਤ ਪੈ ਜਾਏਗੀ। ਜਬ ਲਗ ਦਰਸ ਨਾ ਹੋਏ ਕਿਉਂ ਅੰਮ੍ਰਿਤ ਪੀਵੀਏ ਰਾਮ। ਗੁਰੂ ਸਾਹਿਬ ਜੀ ਕਿਰਪਾ ਕਰੋ, ਆਪ ਜੀ ਦਾ ਨਾਮ ਬਖਸ਼ੋ, ਜਿੰਨਾ ਚਿਰ ਤੁਹਾਡੇ ਦਰਸ਼ਨ ਨਾ ਹੋਏ ਅੰਦਰ ਦਾ ਆਤਮਕ ਰੂਪੀ ਅੰਮ੍ਰਿਤ, ਉਹ ਆਨੰਦ ਖੇੜਾ ਮੈਂ ਨਹੀਂ ਮਾਣ ਸਕਦੀ। ਕਿਰਪਾ ਕਰੋ ਮੇਰੇ ਨਿਮਾਣੀ ਤੇ, ਕਿਉਂ ਅੰਮ੍ਰਿਤ ਪੀਵੀਏ ਹਰ ਬਿਨ ਜੀਵੀਏ ਤਿਸ ਬਿਨ ਰਹਿਣ ਨਾ ਜਾਈ। ਪਰ ਆਪਾਂ ਤੇ ਸਾਰੇ ਜੀ ਰਹੇ ਹਾਂ। ਗੁਰੂ ਸਾਹਿਬ ਜੀ ਕਿਰਪਾ ਕਰੋ, ਜਿੰਨਾ ਚਿਰ ਆਪ ਜੀ ਦੇ ਦਰਸ਼ਨ ਨਾ ਹੋਏ ਆਤਮਕ ਰੂਪੀ ਜੀਵਨ ਮੇਰਾ ਆਰੰਭ ਨਹੀਂ ਹੋਣਾ। ਲੋਕਾਂ ਵਾਸਤੇ ਮੈਂ ਜਿੰਦਾ ਪਿਆ, ਪਰ ਸੱਚ ਜਾਣਿਓ ਤੁਹਾਡੇ ਵਾਸਤੇ ਆਖਾਂ ਜੀਵਾਂ ਵਿਸਰੈ ਮਰ ਜਾਓ, ਮੇਰਾ ਆਤਮਕ ਜੀਵਨ ਮਰਿਆ ਪਿਆ। ਗੁਰੂ ਸਾਹਿਬ ਜੀ ਕਿਰਪਾ ਕਰੋ, ਅਨ ਦਿਨ ਪ੍ਰਿਉ ਪ੍ਰਿਉ ਕਰੇ ਦਿਨ ਰਾਤੀ, ਪਿਰ ਬਿਨ ਪਿਆਸ ਨਾ ਜਾਏ। ਮੈਂ ਬਬੀਏ ਵਾਂਗੂ ਆਪ ਜੀ ਦਾ ਸਿਮਰਨ ਕਰ ਰਿਹਾ, ਆਪ ਜੀ ਨੂੰ ਯਾਦ ਕਰ ਰਿਹਾ, ਜਿੱਦਾਂ ਬਬੀਏ ਦੀ ਸਵਾਂਤੀ ਬੂੰਦ ਤੋਂ ਇਲਾਵਾ ਪਿਆਸ ਨਹੀਂ ਬੁੱਝਦੀ, ਮੇਰੀ ਵੀ ਤੁਹਾਡੇ ਦਰਸ਼ਨਾਂ ਤੋਂ ਬਗੈਰ ਪਿਆਸ ਨਹੀਂ ਜੇ ਬੁੱਝਣੀ।
ਤੁਹਾਡੀ ਪ੍ਰੀਤ ਤੋਂ ਬਗੈਰ ਪਿਆਸ ਨਹੀਂ ਬੁਝਣੀ। ਕਿਰਪਾ ਕਰੋ ਇਸ ਕਰਕੇ, ਆਪਣੀ ਕਿਰਪਾ ਕਰੋ ਹਰ ਪਿਆਰੇ, ਹਰ ਹਰ ਨਾਮ ਸਦ ਸਾਰਿਆ। ਤੁਹਾਡੀ ਕਿਰਪਾ ਸਦਕਾ ਹੀ ਮੇਰੇ ਹਿਰਦੇ ਦੇ ਵਿੱਚ ਆਪ ਜੀ ਦਾ ਨਾਮ ਜਿਹੜਾ ਹੈ ਉਹ ਬਸ ਸਕਦਾ। ਤੁਹਾਡੇ ਨਾਮ ਨੂੰ ਜਪਦਿਆਂ ਜਪਦਿਆਂ ਹੀ ਤੁਹਾਡਾ ਦਰਸ਼ਨ ਹੋ ਸਕਦਾ ਤੇ ਮੈਂ ਆਤਮਕ ਆਨੰਦ ਆਨੰਦ ਰੂਪੀ ਰਸਤ ਜਿਹੜਾ ਹੈ ਇਹ ਮੇਰੇ ਪਤੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀਓ ਇਸ ਜੀਵ ਇਸਤਰੀ ਦੀ ਇਹ ਅਰਦਾਸ ਹੈ, ਇਹ ਕੂਕ ਹੈ ਕਿ ਆਪ ਜੀ ਕਿਰਪਾ ਕਰਕੇ ਮੇਰੇ ਤੇ ਤਰਸ ਕਰੋ ਤੇ ਮੈਨੂੰ ਆਪਣੀ ਨਿਮਾਣੀ ਨੂੰ ਆਪਣਾ ਦਰਸ਼ਨ ਦਿਓ। ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ ਹੋ ਸਤਿਗੁਰ ਵਿਟੋ ਵਾਰਿਆ। ਆਪ ਜੀ ਖਿਆਲ ਕਰਿਓ ਉਪਲੀਆਂ ਜਿਹੜੀਆਂ ਪੰਕਤੀਆਂ ਨੇ ਇਹ ਵਿਰਾਗ ਦੀਆਂ ਨੇ। ਮੈਨੂੰ ਦਰਸ਼ਨ ਦੇ ਦਿਓ, ਮੇਰੇ ਤੇ ਕਿਰਪਾ ਕਰ ਦਿਓ, ਮੇਰੇ ਅੰਦਰ ਆਣ ਕੇ ਟਿਕ ਜਿਓ। ਅਖੀਰਲੀ ਇਸ ਬੰਦ ਦੀ ਅਖੀਰਲੀ ਪੰਕਤੀ ਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਮੈਨੂੰ ਹੁਣ ਜੀਵ ਆਤਮਾ ਨੂੰ ਜਿਹੜੀਆਂ ਇਸਤਰੀਆਂ ਦੀ ਜਿਹੜੇ ਗੁਰਸਿੱਖਾਂ ਦੀ ਅਵਸਥਾ ਬਣੀ ਉਹਨਾਂ ਨੂੰ ਪਰਮਾਤਮਾ ਪਰਮੇਸ਼ਰ ਪ੍ਰੀਤਮ ਮਿਲ ਗਿਆ। ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ, ਪ੍ਰੀਤਮ ਮਿਲ ਗਿਆ ਤੇ ਮਿਲਿਆ ਕਿਸ ਤਰ੍ਹਾਂ? ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ। ਗੁਰੂ ਜੀ ਨੇ ਜਿਹੜਾ ਸ਼ਬਦ ਬਖਸ਼ਿਸ਼ ਕੀਤਾ ਆਪਣੇ ਸਿੱਖ ਨੂੰ, ਗੁਰਬਾਣੀ ਬਖਸ਼ਿਸ਼ ਕੀਤੀ, ਉਸ ਸ਼ਬਦ ਦੀ ਆਰਾਧਨਾ ਦੇ ਨਾਲ ਗੁਰਬਾਣੀ ਦਾ ਜੋ ਹੁਕਮ ਸੀ ਉਸ ਹੁਕਮ ਵਿੱਚ ਆਣ ਕੇ ਆਪਣੇ ਜੀਵਨ ਨੂੰ ਢਾਲਿਆ ਗੁਰੂ ਦੀ ਕਿਰਪਾ ਸਦਕਾ ਉਸ ਵੇਲੇ ਉਹ ਪ੍ਰੀਤਮ ਜਿਹੜਾ ਮੈਨੂੰ ਮਿਲ ਗਿਆ ਹੋ ਸਤਿਗੁਰ ਵਿਟੋਂ ਵਾਰਿਆ। ਹੁਣ ਮੈਂ ਆਪਣੇ ਗੁਰੂ ਤੋਂ ਬਲਹਾਰ ਜਾਣਾ, ਵਾਰੇ ਵਾਰੇ ਜਾਣਾ ਕਿ ਤੁਸੀਂ ਯੁਕਤੀ ਦੱਸਤੀ, ਸ਼ਬਦਾਂ ਦੀ ਯੁਕਤੀ ਹੈ ਨਾ ਕਿ ਅੰਮ੍ਰਿਤ ਵੇਲੇ ਸੱਚ ਨਾਂ ਦੀ ਵਡਿਆਈ ਕਰ, ਸਾਧ ਸੰਗਤ ਵਿੱਚ ਆਣ ਕੇ ਬੈਠ ਕੇ ਪਿਆਰ ਪਾ ਪਰਮਾਤਮਾ ਨਾਲ, ਆਪਣੇ ਕੰਨਾਂ ਦੇ ਨਾਲ ਉਹਦਾ ਜਸ ਸੁਣ, ਆਪਣੀ ਰਸਨਾ ਦੇ ਨਾਲ ਉਹਦਾ ਜਸ ਗਾਇਨ ਕਰ। ਇਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਕਿਰਪਾ ਕਰਕੇ ਉਸ ਪਤੀ ਪ੍ਰੀਤਮ ਦੇ ਦਰਸ਼ਨ ਵੀ ਬਖਸ਼ਿਸ਼ ਕਰ ਦੇਗਾ। ਇਹ ਗੁਰੂ ਨੇ ਸ਼ਬਦ ਬਖਸ਼ਿਸ਼ ਕੀਤੇ, ਗੁਰੂ ਦੇ ਸ਼ਬਦ ਅਨੁਸਾਰ, ਗੁਰੂ ਦੇ ਹੁਕਮ ਅਨੁਸਾਰ ਮੈਂ ਉਸ ਪ੍ਰੀਤਮ ਦੇ ਦਰਸ਼ਨ ਜਿਹੜੇ ਪਾ ਲਏ ਨੇ। ਇਹ ਇੱਕ ਗੁਰਸਿੱਖ ਆਪਣੀ ਅਵਸਥਾ ਹੁਣ ਆਪਣੀਆਂ ਸੰਗਤਾਂ ਦੇ ਨਾਲ ਸਾਂਝ ਕਰ ਰਿਹਾ ਕਿ ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਹੁਣ ਇੱਕ ਕੰਮ ਤੁਸੀਂ ਵੀ ਕਰੋ, ਜੋ ਗੁਰ ਕਹੈ ਸੋਈ ਭਲ ਮੰਨ ਲਓ। ਹੁਣ ਜੋ ਗੁਰੂ ਹੁਕਮ ਕਰਦਾ, ਜੇ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਜੀ, ਨਹੀਂ ਕਰਨਾ ਚਾਹੁੰਦੇ, ਨਹੀਂ ਆਤਮਕ ਅਵਸਥਾ ਦਾ ਆਨੰਦ ਮਾਣਨਾ ਚਾਹੁੰਦੇ, ਨਹੀਂ ਉਹ ਨਾਮ ਦਾ ਰਸ ਪੀਣਾ ਚਾਹੁੰਦਾ, ਜਿਹ ਰਸ ਵਿਸਰ ਗਏ ਰਸ ਔਰ, ਫਿਰ ਤੁਹਾਡੀ ਮਰਜ਼ੀ ਹੈ। ਪਰ ਜੇ ਉਹ ਰਸ ਨੂੰ, ਉਹ ਅੰਮ੍ਰਿਤ ਨੂੰ ਤੂੰ ਮਾਨਣਾ ਚਾਹੁੰਦਾ ਤੇ ਗੁਰੂ ਦੇ ਸ਼ਬਦ ਦੇ ਅਧੀਨ, ਗੁਰੂ ਦੇ ਹੁਕਮ ਦੇ ਅਧੀਨ ਤੂੰ ਆਪਣੇ ਜੀਵਨ ਨੂੰ ਚਲਾਉਣਾ ਕਰ। ਜਬ ਦੇਖਾਂ ਫਿਰ ਪਿਆਰਾ ਹਰ ਗੁਣ ਰਸ ਰਵਾਂ ਰਾਮ। ਹੁਣ ਪਹਿਲੇ ਬੰਦ ਵਿੱਚ ਬੇਨਤੀ ਕੀਤੀ ਜਾਂਦੀ ਕਿ ਤੁਸੀਂ ਮੈਨੂੰ ਦਰਸ਼ਨ ਦਿਓ, ਕਿਰਪਾ ਕਰੋ ਮੇਰੇ ਨਿਮਾਣੀ ਤੇ, ਮੈਨੂੰ ਆਪਣਾ ਨਾਮ ਰੂਪੀ ਅੰਮ੍ਰਿਤ ਬਖਸ਼ਿਸ਼ ਕਰੋ। ਤੇ ਜਦੋਂ ਉਸ ਪਹਿਲੇ ਬੰਦ ਦੀ ਅਖੀਰ ਪੰਕਤੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਸ ਗੁਰਸਿੱਖਾਂ ਦੀ ਅਵਸਥਾ ਸਾਂਝ ਪਾਈ ਕਿ ਹੁਣ ਦਰਸ਼ਨ ਹੋ ਗਏ ਨੇ ਤੇ ਹੁਣ ਜਬ ਦੇਖਾਂ, ਹੁਣ ਮੈਂ ਜਦੋਂ ਵੀ ਆਪਣੇ ਨੇਤਰ ਬੰਦ ਕਰਦਾ, ਜਦੋਂ ਵੀ ਮੈਂ ਖਲਕਤ ਨੂੰ ਦੇਖਦਾ, ਜਦੋਂ ਵੀ ਮੈਂ ਗਰੀਬ ਨੂੰ ਦੇਖਦਾ, ਮੈਂ ਨਿਮਾਣੇ ਨੂੰ ਦੇਖਦਾ, ਮੈਂ ਨਿਤਾਣੇ ਨੂੰ ਦੇਖਦਾ, ਮੈਂ 2200 ਹਿੰਦੁਸਤਾਨ ਦੀਆਂ ਗੁੱਡੀਆਂ ਨੂੰ ਕੈਦ ਹੋਇਆ ਵੇਖਦਾ, ਉਸ ਵੇਲੇ ਜਬ ਦੇਖਾਂ ਫਿਰ ਪਿਆਰਾ ਤੇ ਮੈਨੂੰ ਜਰੇ ਜਰੇ ਦੇ ਵਿੱਚ ਹੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਮੈਨੂੰ ਕੁਦਰਤ ਕੁਦਰਤ ਦੇ ਵਿੱਚ ਤੂੰ ਨਜ਼ਰ ਆਉਂਦਾ, ਬਲਿਹਾਰੀ ਕੁਦਰਤ ਵਸਿਆ। ਹੁਣ ਤਾਂ ਤੂੰ ਮੈਨੂੰ ਜਿੱਥੇ ਹੋ ਜਾਈ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਹੁਣ ਮੈਂ ਜਿੱਥੇ ਵੀ ਜਾ ਰਿਹਾ, ਜਿੱਥੇ ਵੀ ਦੇਖ ਰਿਹਾ, ਉਸ ਘੱਟ ਘੱਟ ਵਿੱਚ ਤੁਹਾਡੇ ਦਰਸ਼ਨ ਹੋ ਰਹੇ ਨੇ। ਮੇਰੇ ਅੰਤਰ ਹੋਏ ਵਿਗਾਸ, ਪ੍ਰਿਉ ਪ੍ਰਿਉ ਸੱਚ ਨਿਤ ਚਵਾਂ ਰਾਮ। ਮੇਰੇ ਅੰਦਰ ਵਿਗਾਸ ਹੈ, ਖੇੜਾ ਹੈ, ਹੁਣ ਚੜ੍ਹਦੀ ਕਲਾ ਹੈ ਮੇਰੇ ਅੰਦਰ। ਤੇ ਸੱਚ ਜਾਣਿਓ ਗੁਰੂ ਕੇ ਪਿਆਰ ਵਾਲਿਓ, ਇਹ ਨਹੀਂ ਕਿ ਹੁਣ ਚੜ੍ਹਦੀ ਕਲਾ ਹੋ ਗਈ, ਹੁਣ ਦਰਸ਼ਨ ਹੋ ਗਈ ਤੇ ਹੁਣ ਸਿਮਰਨ ਨਹੀਂ ਕਰਨਾ, ਹੁਣ ਉਹਨੂੰ ਯਾਦ ਨਹੀਂ ਕਰਨਾ, ਹੁਣ ਉਹਨੂੰ ਜਰੇ ਜਰੇ 'ਚ ਨਹੀਂ ਦੇਖਣਾ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਨਹੀਂ। ਇਹ ਨਾਮ ਅਭਿਆਸ, ਇਹ ਜਿਹੜਾ ਗੁਰੂ ਸਾਹਿਬ ਜੀ ਦਾ ਸਿਮਰਨ ਹੈ, ਮੇਰੀ ਸੁਰਤੀ ਜਿਹੜੀ ਹੈ ਹਮੇਸ਼ਾ ਉਹਦੇ ਨਾਲ ਜੁੜੀ ਹੈ ਤੇ ਇਸ ਪਰਮਾਤਮਾ ਦੇ ਨਾਮ ਸਿਮਰਨ ਕਰਕੇ, ਉਹਦੇ ਦੱਸੇ ਹੋਏ ਰਾਹ ਸਦਕਾ, ਜਿਸ ਤਰ੍ਹਾਂ ਉਹਨਾਂ ਨੇ ਹੁਕਮ ਕੀਤਾ ਉਸ ਤਰ੍ਹਾਂ ਜੀਵਨ ਜਿਉਣ ਸਦਕਾ ਹੀ ਮੇਰੇ ਅੰਦਰ ਇਹ ਵਿਗਾਸ, ਇਹ ਖੇੜਾ, ਇਹ ਰੰਗ ਜਿਹੜਾ ਭਗਤੀ ਦਾ, ਉਸ ਪਰਮਾਤਮਾ ਨੇ ਬਖਸ਼ਿਸ਼ ਕੀਤਾ ਤੇ ਮੈਨੂੰ ਦਰਸ਼ਨ ਹੋਏ। ਪ੍ਰਿਉ ਚਵਾਂ ਪਿਆਰੇ ਸ਼ਬਦ ਨਿਸਤਾਰੇ, ਬਿਨ ਦੇਖੇ ਤ੍ਰਿਪਤ ਨਾ ਆਵੇ।
हे गुरु महाराज जी ज्यों ज्यों मैं आप जी का नाम जपदा त्यों त्यों विकास हो रहा। तो एक गल समझ में आ गई कि समझ में आ गई कि यह परमात्मा परमेश्वर वाहिगुरु जी की बाणी यह परमात्मा का नाम ही है जेड़ा इस भौजल तो पार नंगाउंदा है निस्तारे तार दिंदा है नहीं तो बिख भौजल डुबदे कढ लै। मैं तो भौजल में डुब रहा है मैनू बांह दे दे गुरु महाराज जी अपनी पति परमेश्वर वाहिगुरु जी जो पत्नी डिगदी है ना तो सब तो पहला सच जाने होवे प्यार सच्चा सही पति भज के जाता है। गुरु महाराज जी मैं देख रहा तित सरवड़ है पहले निवासा पानी पावक तिन्हे किया पंकज मोह पग नहीं चाले हम देखा ते डुबियाले। वह डुब गए ने डुबन का कारण की सी गुरु का शब्द जिहड़ा सी वह हिरदे च नहीं सी रखिया गुरु के शब्द की आराधना नहीं सी कीती। तुहाडे शब्द ने अज तक जिन्ने जाने तारे गए ने तुहाडे शब्द करके तारे गए ने तुहाडी कृपा सदका तारे गए ने शब्द शिगार होवे नित कामन हर हर नाम त्याए ते सच जाने जिदा अजकल दियां साडियां लेडीज हार शिंगार कर दियां ने ना गले च बड़ा वड्डा हराणी हार पाउंदियां ने सज्जन वास्ते तज्जन वास्ते। गुरु साहब जी मैनू हुण दुनिया भी किसी हार की लोड़ नहीं क्योंकि तुहाडा शब्द रूपी हार ही मेरे कंठ दे विच हुण परोया गया है ते सच जाने तुहाडे शब्द दे नाल ही हुण मेरा सिंगार है। पंच परवान पंच प्रधान पंचे पावे दरगह मान हुण मैनू माण मिल रहा ते माण किस तरह मिल रहा है तुहाडे शब्द की आराधना करके तुहाडी दसी हुई बख्शिश की हुई जीवन जाच सदके हुण मैनू सारे जड़े ने वाह वाह कहिंदे ने ते बहुत प्यार दे नाल आदर दे नाल बिठाउंदे ने। गुरु साहब जी कृपा करो दया दान मंगत जन दीजै मैं प्रीतम देहो मिलाए। मैं कृपा की तुहानू अरदास की कि मैनू दर्शन देखा दो आप जी ने दर्शन की कृपा करती मैं अरदास की कि मैनू अमृत रूपी आनंद दे रस दे खेड़े दे अवस्था प्रदान कर दो आप जी ने प्रदान करती हुण मेरे ते एक कृपा होर करो दया होर करो केड़ी दया करो कि हुण मैनू ज्योति जोत रली संपूर्ण थी आराम मैनू उस परमात्मा दे नाल इंज मिला दो जिदा पानी दे विच पानी रल जांदा है जिदा जोत दे विच जोत रल जांदी है मेरे ते कृपा करो मेरे ते दया करो। गुरु साहब जी की कृपा ना गुरु के प्यार वाले गुरु के सिख जड़े ने गुरु को दयादान मांगते ने गुरमुख प्यारे जड़े बंदगी दे विच लोभ पोप ने एकदम वह दया का दान मांगते ने गुरु साहब कृपा करन ते सच जाण्यो जिन्हां ते वह परमात्मा परमेश्वर वाहिगुरु जी दया करता है ना फिर उन्होंने हिरदे विच भी इन्नी दया आ जाती है ते दया दे नाल वह धर्मी बन जाते हैं क्यों क्योंकि जिहड़ी दया है वह धर्म की मां है। दया किसी च भी हो सकती है जे दया है तो धर्म है जे दया नहीं हिरदे च तो धर्म नहीं माफ करना फिर धर्म नहीं। तौल धर्म दया का पूत दया का पुत्र है फिर इन्नी दया आ जाती है जो 2200 गुडिया छडाइया सरदार जस्सा सिंह आलूवालिया ने ते साडे सिख फौजिया ने सिख सरदारा ने उस वेले नादर शाह कहिंदा कहिंदा ये कौन है एशिया दे विचो अज किसी की हिम्मत नहीं कि मेरा राह रोक सके मेरा लुटिया खजाना मेरी बंदियां कीतियां जनानियां औरतां इस्त्रियां कुड़ियां ये कौन ने जिहड़े मैनू छड़ा गए ने कहिंदे ने गुरु घर दे सिख ने कहिंदे ने किहड़े गुरु दे कहिंदे सतगुर इनका वली भयो है इनको आबे हियत दियो है गजब असर तिसका हम देखा बुजदिल होवे शेर बसेखा हाड़ ना दिन भर पीवे पानी सियाल ना राखे अगन निशानी चलते खाए बैठे सोए ग्राम कहीं भी ठाए ना पाए। ये वो सिख ने जेड़े किसी के घर के उत्ते किसी के पिंड उत्ते कब्जा नहीं करते ये वो सिंह ने खाना है जो इशा एक घोड़े दियां काठियां दे उत्ते बैठे बैठे ही रोटियां खा लेंदे ने ते तुरदे तुरदे सौ लेंदे ने कहिंदे ने अच्छा कहिंदा फिर एक काम करो इन्हां च फुट पा दो इन्हां नूं जगीरां दे दो किसे तरीके ने इन्हां नूं फुट पाओ कहिंदे खान इन्हां च फुट तू की पा सकदा है कहिंदे क्यों कहिंदे इन्ने दयावान ने इन्ने दयालू ने दया दा दान मंगिया ना गुरु को ते सिख दे हिरदे च दया वेखो किद्दां हुंदी कहिंदे इन्ने दयालू ने कि 15-20 दिन इन्हां नूं खाणा नसीब ना होवे जंगलां च रहिंदे ने सिखां दे सिरां दे मुल 7 वरां पए ने सरकारी तौर ते कहिंदे इन्हां नूं 20 दिन इन्हां नूं प्रशादा ना मिले चने खा खा के गुजारा करन ते 20-25 दिन ही किते इन्हां नूं रस्त मिल जाए
ਤੇ ਇਹ ਥੋੜਾ ਜਿਹਾ ਲੰਗਰ ਤਿਆਰ ਕਰਨ। ਦਇਆ ਦੀ ਗੱਲ ਕਰਦਾ ਹੁਣ ਜ਼ਕਰੀਆ ਖਾਨ ਨਾਦਰ ਸ਼ਾਹ ਦੇ ਨਾਲ, ਕਹਿੰਦਾ ਕਿ ਇਹਨਾਂ ਦੇ ਹਿਰਦੇ 'ਚ ਐਸੀ ਦਇਆ ਹੈ ਭਾਵੇਂ ਦੋ ਚਾਰ ਪ੍ਰਸ਼ਾਦੇ ਵੀ ਪਕਾ ਲੈਣ, ਤੇ ਪ੍ਰਸ਼ਾਦਾ ਤਿਆਰ ਕਰਨ ਤੋਂ ਬਾਅਦ ਪਕਾਉਣ ਤੋਂ ਬਾਅਦ ਅਰਦਾਸਾਂ ਸੋਧਦੇ ਨੇ, ਤੇ ਅਰਦਾਸਾਂ ਸੋਧਣ ਤੋਂ ਬਾਅਦ ਨਾ ਉੱਠ ਕੇ ਜ਼ੋਰ ਦੀ ਕਹਿੰਦੇ ਨੇ ਦੇਤ ਆਵਾਜ਼ਾ ਭੁੱਖਾ ਹੈ ਕੋਈ, ਜ਼ੋਰ ਦੀ ਕਹਿੰਦੇ ਜੇ ਕੋਈ ਭੁੱਖਾ ਹੈਗਾ, ਦੇਤ ਆਵਾਜ਼ਾ ਭੁੱਖਾ ਹੈ ਕੋਈ, ਆਓ ਦੇਗ ਤਿਆਰ ਗੁਰ ਹੋਈ। ਕਿ ਆ ਗੁਰੂ ਦੀ ਦੇਗ ਤਿਆਰ ਹੈ, ਅੱਜ ਵੀ ਅਸੀਂ ਕਹਿੰਦੇ ਨਾ ਲੰਗਰ ਤਿਆਰ ਹੈ ਆ ਜਾਓ ਗੁਰੂ ਦਾ, ਆਓ ਦੇਗ ਤਿਆਰ ਗੁਰ ਹੋਈ ਤਿਸ ਬੇਰੇ ਬੈਰੀ ਕਿ ਮਾਵੇ। ਨਾਦਰ ਸ਼ਾਹ ਤੂੰ ਤੇ ਆਪਣਿਆਂ ਦੀ ਗੱਲ ਕਰਦਾ, ਕਹਿੰਦਾ ਉਸ ਵੇਲੇ ਜੇ ਦੁਸ਼ਮਣ ਵੀ ਆ ਜਾਏ ਨਾ ਇਹਨਾਂ ਦਾ, ਉਹ ਕਹਿੰਦੇ ਜੰਗ ਤੇਰੇ ਨਾਲ ਬਾਅਦ ਚੋਂ ਕਰਾਂਗੇ, ਪਹਿਲਾਂ ਆ ਪ੍ਰਸ਼ਾਦਾ ਸ਼ਾਹ। ਤਿਸ ਬੇਰੇ ਬੈਰੀ ਕਿ ਮਾਵੇ ਪਰਮ ਮੀਤ ਸਮ ਤਾਏ ਛਕਾਵੇ। ਕਹਿੰਦਾ ਦਇਆ ਵੇਖ ਇਹਨਾਂ ਚ ਕਿੰਨੀ ਹੈ, ਕਹਿੰਦਾ ਬਚੇ ਪਾਸ਼ੇ ਤਾਂ ਆਪ ਛਕ ਲੇ ਹੈ, ਨਹੀਂ ਤੋ ਲੰਗਰ ਮਸਤ ਬਤੈ ਹੈ। ਕਹਿੰਦੇ ਉਹਨੂੰ ਛਕਾ ਕੇ ਨਾ ਜੇ ਤੇ ਕੁਛ ਬਚ ਜੇ ਲੰਗਰ ਚ ਤੇ ਆਪ ਛਕ ਲੈਂਦੇ, ਨਹੀਂ ਤੇ ਹੱਸ ਕੇ ਕਹਿੰਦੇ ਲੰਗਰ ਮਸਤਾਨਾ ਹੋ ਗਿਆ, ਲੰਗਰ ਮਸਤ। ਇੰਨੇ ਦਇਆਵਾਨ ਨੇ, 20 ਦਿਨਾਂ ਦੇ ਭੁੱਖੇ ਇੰਨੇ ਦਇਆਵਾਨ ਨੇ। ਦਇਆਵਾਨ ਦੀ ਗੱਲ ਕਰਦਾ ਅਬਦਾਲੀ ਦੇ ਨਾਲ ਇੱਕ ਰਾਈਟਰ ਸੀ ਜਿਹਨੇ ਚਾਰ ਜੰਗਾਂ ਅਬਦਾਲੀ ਦੀਆਂ ਲਿਖੀਆਂ, ਸਿੰਘਾਂ ਦੇ ਨਾਲ ਜਦੋਂ ਜੰਗ ਹੋਇਆ ਉਹਨੇ ਲਿਖੀਆਂ ਆਪਣੇ ਸਿੰਘ ਸਰਦਾਰਾਂ ਦਾ। ਜੱਸਾ ਸਿੰਘ ਆਲੂਵਾਲੀ ਜੀ ਦਾ ਵੀ ਕਾਫੀ ਜ਼ਿਕਰ ਉਹਨਾਂ ਜੰਗਾਂ ਦੇ ਵਿੱਚ ਆਉਂਦਾ। ਉਹ ਆਪਣੇ ਦੇਸ਼ ਦੇ ਵਿੱਚ ਆਪਣੇ ਮਦਰੱਸੇ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਿਹਾ, ਤੇ ਇੱਕ ਬੱਚਾ ਨੂੰ ਕੁਐਸਚਨ ਕਰਦਾ, ਕਹਿੰਦੇ ਕਾਜੀ ਸਾਹਿਬ ਤੁਸੀਂ ਸਿੱਖਾਂ ਦੀਆਂ ਜੰਗਾਂ ਦੇਖੀਆਂ, ਸਿੱਖਾਂ ਨੂੰ ਦੇਖਿਆ, ਕੁਛ ਸਿੱਖਾਂ ਬਾਰੇ ਦੱਸੋ। ਉਹਨਾਂ ਦੀ ਜਿਹੜੀ ਲਿਖਤ ਹੈ ਜੰਗ ਨਾਮਾ ਕਾਜੀ ਨੂਰ ਮੁਹੰਮਦ, ਤੇ ਮਾਫ ਕਰਨਾ ਉਹ ਸਾਡਾ ਦੁਸ਼ਮਣ ਹੈ, ਉਹ ਸਿੱਖਾਂ ਨੂੰ ਹਰ ਥਾਂ ਤੇ ਸੱਗ ਲਿਖਦਾ, ਸੱਗ ਵੈਰ ਰੱਖਦਾ ਦਿਲੋਂ, ਸੱਗ ਦਾ ਅਰਥ ਨੇ ਕੂਕਰ। ਉਹ ਕਹਿੰਦੇ ਸਗਾ ਰਾ ਤੈਨੂੰ ਮੈਂ ਸਗਾਂ ਦੀ ਕੂਕਰਾਂ ਦੀ ਕੀ ਗੱਲ ਦੱਸਾਂ, ਉਸ ਬੱਚੇ ਨੂੰ ਜਿਹੜਾ ਬੱਚਾ ਨੂੰ ਕੁਐਸਚਨ ਕਰਦਾ, ਸਕਾ ਰਾ ਕੀ ਗੱਲ ਦੱਸਾਂ ਸਿੱਖਾਂ ਦੀ ਕੂਕਰਾਂ ਦੀ, ਸਗਾ ਰਾ ਕੂਕਰਾਂ ਦੀ ਕੀ ਗੱਲ ਦੱਸਾਂ। ਕਹਿੰਦਾ ਨਹੀਂ ਨਹੀਂ ਉਹ ਕੂਕਰ ਨਹੀਂ ਨੇ, ਸਗਾ ਰਾ ਮਗੋ ਸਗ ਮਗਰ ਉਹ ਕੂਕਰ, ਸਗਾ ਰਾ ਮਗੋ ਸਗ ਕੇ ਹਸ਼ਤੰਦ ਸ਼ੇਰ, ਇੱਕ ਦੁਸ਼ਮਣ ਅਖੀਰ ਤੇ ਆਣ ਕੇ ਸਿੱਖਾਂ ਨੂੰ ਲਿਖਦਾ ਸ਼ੇਰ। ਸਾਰੇ ਜੰਗਨਾਮ ਵਿੱਚ ਕੂਕਰ ਲਿਖ ਰਿਹਾ, ਸਗਾ ਰਾ ਮਗੋ ਸਕ ਕੇ ਹਸ਼ਤੰਦ ਸ਼ੇਰ। ਕਹਿੰਦਾ ਨਹੀਂ ਨਹੀਂ ਸੱਚ ਜਾਣੀ ਉਹ ਸ਼ੇਰ ਵੀ ਨਹੀਂ, ਮੈਨੂੰ ਗਲਤੀ ਹੋ ਗਈ। ਸਗਾ ਰਾ ਮਗੋ ਸਕ ਕੇ ਹਸ਼ਤੰਦ ਸ਼ੇਰ, ਬਾ ਮੈਦਾਨੇ ਮਰਦਾ ਚੋਂ ਸ਼ੇਰਾਂ ਦਲੇਰ। ਉਹ ਮੈਂ ਮੈਦਾਨੇ ਜੰਗ ਚ ਉਹਨਾਂ ਨੂੰ ਵੇਖਿਆ, ਉਹ ਸ਼ੇਰਾਂ ਨਾਲ ਵੀ ਕਿਤੇ ਵੱਧ ਦਲੇਰ ਨੇ। ਉਹ ਪੁੱਛਦੇ ਕਾਜੀ ਸਾਹਿਬ ਉਹਨਾਂ ਦੀ ਦਲੇਰੀ ਦਾ ਰਾਜ ਕੀ ਹੈ, ਤੇ ਗੁਰੂ ਕੇ ਪਿਆਰ ਵਾਲੇ ਵੇਖਿਓ ਹੁਣ ਜਿਹੜਾ ਕਾਜੀ ਦੱਸਦਾ ਨਾ ਜਵਾਬ, ਗੁਰੂ ਕਿਰਪਾ ਕਰੇ ਕਿਤੇ ਉਹ ਧਿਆਨ ਦੀਲਤਾ ਉਹ ਆਚਰਨ ਗੁਰੂ ਸਾਹਿਬ ਸਾਡੇ ਜੀਵਨ ਵਿੱਚ ਵੀ ਭਰ ਦੇਣ। ਸਗਾ ਰਾ ਮਗੋ ਸਕੇ ਹਸ਼ਤੰਦ ਸ਼ੇਰ, ਬਾ ਮੈਦਾਨੇ ਮਰਦਾਂ ਚੂ ਸ਼ੇਰਾਂ ਦਲੇਰ। ਦਲੇਰੀ ਦਾ ਕਾਰਨ ਕੀ ਹੈ, ਜ਼ਨਗਰ ਜ਼ਮਾ ਅਸਤ। ਕਹਿੰਦਾ ਮੈਦਾਨੇ ਜੰਗ ਦੇ ਵਿੱਚ ਦੁਸ਼ਮਣਾਂ ਲੋਹਾ ਲੈ ਰਹੇ ਨੇ ਸਿੱਖ, ਜ਼ਨਗਰ ਜ਼ਮਾ ਅਸਤ, ਮੈਦਾਨੇ ਜੰਗ ਦੇ ਵਿੱਚ ਉਹਨਾਂ ਦੇ ਸਾਹਮਣੇ ਜ਼ਨ। ਜ਼ਨ ਸ਼ਬਦ ਜਿਹੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਦੋ ਅਰਥਾਂ 'ਚ ਆਉਂਦਾ, ਫਾਰਸੀ ਦੇ ਅਰਥ ਕਰਾਂਗੇ ਤੇ ਇਸਤਰੀ, ਦੂਸਰੇ ਅਰਥ ਕਰਾਂਗੇ ਗੁਰਮੁਖੀ ਦੇ ਜਾਂ ਸੰਸਕ੍ਰਿਤ ਦੇ, ਤੇ ਜਨ ਦੇ ਅਰਥ ਨੇ ਦਾਸ। ਕਹਿੰਦੇ ਨੇ ਜਨਗਰ ਜ਼ਮਾ ਅਸਤ, ਕਹਿੰਦਾ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਦੀ ਔਰਤ ਸਿੰਘਾਂ ਦੇ ਸਾਹਮਣੇ ਆ ਜੇ, ਗਹਿਣਿਆਂ ਨਾਲ ਲੱਦੀ ਹੋਵੇ ਤੇ ਬਹੁਤ ਖੂਬਸੂਰਤ ਹੋਏ। ਜਨਗਰ ਜ਼ਮਾ ਅਸਤ ਵਾ ਅਸਤ ਪੀਰ, ਤੇ ਭਾਵੇਂ ਬੁੱਢੀ ਹੋਵੇ, ਦੁਸ਼ਮਣ ਦੀ ਔਰਤ ਹੋਵੇ, ਗਹਿਣਿਆਂ ਨਾਲ ਲੱਦੀ ਹੋਵੇ, ਬਹੁਤ ਖੂਬਸੂਰਤ ਹੋਵੇ ਜਾਂ ਬਿਲਕੁਲ ਬੁੱਢੀ ਹੋਵੇ, ਤੇ ਸਿੱਖ ਦੇ ਸਾਹਮਣੇ ਆ ਜੇ ਮੈਦਾਨੇ ਜੰਗ ਦੇ ਵਿੱਚ। ਜਨਗਰ ਜ਼ਮਾ ਅਸਤ ਵਾ ਅਸਤ ਪੀਰ, ਕਹਿੰਦੇ ਸਿੱਖ ਹੱਥ ਜੋੜ ਕੇ ਸਾਹਮਣੇ ਖਲੋ ਕੇ ਕਹਿੰਦੇ ਬਗੋ ਜੰਗ ਬੁੜੀਆ, ਸਿੱਖ ਭਾਵੇਂ ਜਵਾਨ ਔਰਤ ਹੋਵੇ ਭਾਵੇਂ ਬੁੱਢੀ ਹੋਏ ਹੱਥ ਜੋੜ ਕੇ ਕਹਿਣਗੇ ਬੁੜੀਆ, ਭਾਵ ਮੇਰੀ ਮਾਂ ਦੀ ਉਮਰ ਦੀ ਏ, ਭਾਵ ਮੇਰੀ ਮਾਤਾ, ਬਗੋ ਜੰਗ ਬੁੜੀਆ ਰਤੋ ਗੋਸ਼ਾਗੀਰ, ਇਸ ਪਾਸੇ ਜੰਗ ਹੋ ਰਹੀ ਹੈ, ਇਸ ਪਾਸੇ ਤੇਰੀ ਜਾਨ ਨੂੰ ਖਤਰਾ ਹੋ ਸਕਦਾ, ਇਹ ਰਾਸਤਾ ਤੇਰੇ ਵਾਸਤੇ ਸਹੀ ਨਹੀਂ, ਇਸ ਰਾਸਤੇ ਮੈਂ ਚਲੇ ਜਾਂਦਾ ਜਿੱਥੇ ਖਤਰਾ ਹੈ, ਤੇ ਤੂੰ ਇਸ ਰਾਸਤੇ ਸੇਫ ਰਾਸਤੇ ਚਲੇ ਜਾ। ਕਹਿੰਦੇ ਇੰਨੇ ਦਿਆਲ ਹੁੰਦੇ ਨੇ, ਇੰਨੇ ਵੱਡੇ ਇਹਨਾਂ ਦੇ ਜ਼ਿਗਰੇ ਹੁੰਦੇ ਨੇ। ਸੋ ਉਸ ਦਇਆ ਦਾ ਧਿਆਨ ਜਿਹੜਾ ਗੁਰੂ ਸਾਹਿਬ ਜੀ ਦੇ ਅੱਗੇ ਤਰਲਾ ਕਰਦੀ ਜੀਵ ਆਤਮਾ, ਬਖਸ਼ਿਸ਼ ਕਰਦੀ ਹੈ, ਗੁਰੂ ਸਾਹਿਬ ਜੀ ਕਿਰਪਾ ਕਰੋ ਮੈਨੂੰ ਮੇਰੇ 'ਤੇ ਦਇਆ ਕਰੋ, ਕਿਉਂਕਿ ਮੇਰੇ ਹਿਰਦੇ 'ਚ ਜਦੋਂ ਦਇਆ ਆਣ ਕੇ ਵੱਸ ਜਾਏਗੀ ਉਦੋਂ ਮੈਂ ਅਸਲ ਵਿੱਚ ਧਰਮੀ ਬਣਾਂਗਾ, ਉਦੋਂ ਮੇਰੇ 'ਤੇ ਕਿਰਪਾ ਹੋਏਗੀ। ਸੋ ਗੁਰੂ ਸਾਹਿਬ ਜੀ ਦਇਆ ਦਾਨ ਮੰਗਤ ਜਨ ਦੀਜੈ, ਮੈਂ ਪ੍ਰੀਤਮ ਦਿਓ ਮਿਲਾਈ, ਤੇ ਦਇਆ ਤੋਂ ਬਗੈਰ ਤੇ ਧਰਮ ਤੋਂ ਬਗੈਰ ਮੇਰਾ ਪ੍ਰੀਤਮ ਨਾਲ ਮਿਲਾਪ ਨਹੀਂ ਹੋ ਸਕਦਾ। ਅੰਨ ਦਿਨ ਗੁਰ ਗੋਪਾਲ ਧਿਆਈ,
इस सृष्टि का मालक गोह का मालक पालनहार इस सृष्टि नू जिहड़ा पालदा है वह गोपाल त्याई हम सतगुर विटों घुमाए इस सृष्टि नू पालनहार वाला परमात्मा परमेश्वर वाहिगुरु जो एक है उसकी मैं आराधना करदा उसनू बार बार सिमरदा ते मैं उस तो कुर्बान जाना गुरु साहब जी कृपा करो मैनू अपने चरणा नाल ला दो ते इस बिपता परे 84 दे तमा दे तृष्णा दे संसार तो छुटकारा पा के मैनू अपने विच एक मिक कर लो गुरु के प्यार वालियो बोलदियां एक नहीं अनेक प्रकार दियां गलतियां होनियां सुभाविक ने गुरु साहब जी संगत गुरु कृपा सदका बख्शन योग है सो गलतियां ना चितारना होइयां गलतियां दी खिमा बख्शनी गुरु साहब जी ने कृपा की ये दो बंदां दी विचार आप अपना मेर भरिया हथ रख के करवा ली बहुत बहुत धन्यवाद सिंह साहब जी का गुरद्वारा प्रबंधक कमेटी दिल्ली का आप सारिया संगतां का फतेह दर प्रवान करनी जी वाहेगुरु जी का खालसा वाहेगुरु जी की